नमस्कार, सत श्री अकाल। तुसीं वेख रहे हो इंडिया न्यूज़ पंजाब ते अज साडी खास पेशकश माँ बोली पंजाबी। साडी माँ बोली दे नाल ही साडी पहचान है ते इस पहचान नूं किवें कायम रख्या जावे ते खास तौर ते माँ बोली दे प्रसार दे लई आखिर औंकड़ा की आ रही ने, की साडी नौजवान पीढ़ी अपनी माँ बोली दी पहचान बरकरार रखण दे लई काम कर रही है, उसनों याद रख रही है, अगे ले जा रही है। बड़े सारे सवाल ने। यह सवाल इस करके क्योंकि 21 फरवरी नूं माँ बोली दिहाड़ा है, माँ बोली दिवस। तो पंजाबी माँ बोली साड़ी जान है, साड़ी माँ की बोली है, पहली बोली है जड़ा बच्चा सीखता है। आखिर इस दे सामने चुनौतियाँ की हैं, औकड़ा की है, ये जानने की लोड़ है। इस दे पर चर्चा जरूर करांगे आज, पर एक छोटी जी रिपोर्ट तो बाद। भाषा एक बोली नहीं बल्कि एक वक्री पहचान ते वक्री होंद का प्रतीक। तो इस करके जब गल हुंदी है माँ बोली पंजाबी दी, ता पंजाबियों की वक्री पहचान ही उस नाल जुड़ती है। एक पंजाबी दुनिया के किसी भी कोने च चला जाए, वो कितने भी रहे, पर वो अपनी वक्री पहचान तो हमेशा जाने जाता है। तो उसकी वक्री पहचान उसकी माँ बोली पंजाबी तो ही झलकती है। 21 फरवरी नूं पंजाबी माँ बोली दिहाड़ा मनाया जाता है, पर इसनों मनाने पिछे भावें कोई भी तर्क हो, पर सब तो वड्डी गल जो अज समझण की लोड़ है वो ये कि पंजाबी लई उसकी भाषा पंजाबी उन्नी ही अहम है जिन्नी की उसकी अपनी माँ। क्योंकि जब एक बच्चा पैदा होंदा है तो उसनों उसकी बोली की पहचान उसकी माँ ही करवाउंदी है, तो उसे नाल वो बच्चा दुनिया च कदम रखता है। इसलिए माँ बोली नूं सानू अपनी माँ वांग ही प्यार करना चाहिए। अजोके समय च जब पूरी दुनिया डिजिटल क्रांति के दौर तो लंघ रही है, तो अंग्रेजी और होरना भाषावां का दबदबा वधदा जा रहा है, ਤਾਂ ਜੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਿੰਝ ਅੱਗੇ ਲਿਜਾਉਣਾ ਹੈ ਅਤੇ ਇਸਦੀ ਵੱਖਰੀ ਹੋਂਦ ਅਤੇ ਪਹਿਚਾਣ ਕਾਇਮ ਰੱਖਣੀ ਹੈ, ਇਸ ਲਈ ਡੂੰਘੀ ਪੜਚੋਲ ਦੀ ਲੋੜ ਹੈ। ਹੋਰ ਤਾਂ ਹੋਰ ਆਪਣੇ ਖੁਦ ਦੇ ਮੁਲਕ ਭਾਰਤ 'ਚ ਮਾਂ ਬੋਲੀ ਪੰਜਾਬੀ ਨੂੰ ਕਿੰਝ ਹੋਰਨਾਂ ਸੂਬਿਆਂ 'ਚ ਉਸਦਾ ਬਣਦਾ ਸਤਿਕਾਰ ਦਿਵਾਉਣਾ ਹੈ, ਅਤੇ ਇਸ ਲਈ ਸਾਨੂੰ ਪੰਜਾਬੀਆਂ ਨੂੰ ਹੀ ਸੋਚਣਾ ਪਵੇਗਾ। ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾ ਵਿਸਰੇ ਅਤੇ ਉਹ ਇਸ ਮਿੱਠੀ ਬੋਲੀ ਨੂੰ ਸਦਾ ਅੱਗੇ ਲਿਜਾਉਣ ਦੇ ਲਈ ਇਸ 'ਤੇ ਵੀ ਕੰਮ ਕਰਨ ਦੀ ਲੋੜ ਹੈ। ਸੋ ਇਸ ਆਉਂਦੀ 21 ਫਰਵਰੀ ਨੂੰ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੰਡੀਆ ਨਿਊਜ਼ ਪੰਜਾਬ ਅਪੀਲ ਕਰਦਾ ਹੈ ਕਿ ਉਹ ਆਪਣੀ ਮਾਂ ਬੋਲੀ ਦੇ ਪ੍ਰਸਾਰ ਲਈ ਉਪਰਾਲੇ ਕਰਨ, ਉਸ ਨੂੰ ਸਦਾ ਪਹਿਲ ਦੇਣ ਅਤੇ ਆਪਣੀ ਮਾਂ ਬੋਲੀ 'ਤੇ ਮਾਣ ਕਰਨ। ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਸਨਮਾਨ ਦੇ ਲਈ ਇੰਡੀਆ ਨਿਊਜ਼ ਪੰਜਾਬ ਸਦਾ ਡਟ ਕੇ ਪਹਿਰਾ ਦੇਵੇਗਾ, ਇਸ ਗੱਲ ਦਾ ਅਸੀਂ ਜ਼ਰੂਰ ਭਰੋਸਾ ਦਿਵਾਉਂਦੇ ਹਾਂ। ਸੋ ਆਓ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਮਾਣ ਦੇ ਲਈ ਉਪਰਾਲੇ ਕਰੀਏ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਭਾਸ਼ਾ ਇੱਕ ਬੋਲੀ ਨਹੀਂ ਬਲਕਿ ਇੱਕ ਵੱਖਰੀ ਪਛਾਣ ਅਤੇ ਵੱਖਰੀ ਹੋਣ ਦਾ ਪ੍ਰਤੀਕ। ਅਤੇ ਇਸੇ ਕਰਕੇ ਜਦ ਗੱਲ ਹੁੰਦੀ ਹੈ ਮਾਂ ਬੋਲੀ ਪੰਜਾਬੀ ਦੀ, ਤਾਂ ਪੰਜਾਬੀਆਂ ਦੀ ਵੱਖਰੀ ਪਛਾਣ ਹੀ ਉਸ ਨਾਲ ਜੁੜਦੀ ਹੈ। ਇੱਕ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲਾ ਜਾਵੇ, ਉਹ ਕਿੱਥੇ ਵੀ ਰਹੇ, ਪਰ ਉਹ ਆਪਣੀ ਵੱਖਰੀ ਪਛਾਣ ਤੋਂ ਹਮੇਸ਼ਾ ਜਾਣਿਆ ਜਾਂਦਾ ਹੈ, ਅਤੇ ਉਸਦੀ ਵੱਖਰੀ ਪਛਾਣ ਉਸਦੀ ਮਾਂ ਬੋਲੀ ਪੰਜਾਬੀ ਤੋਂ ਹੀ ਝਲਕਦੀ ਹੈ। 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ, ਪਰ ਇਸ ਨੂੰ ਮਨਾਉਣ ਪਿੱਛੇ ਭਾਵੇਂ ਕੋਈ ਵੀ ਤਰਕ ਹੋਵੇ, ਪਰ ਸਭ ਤੋਂ ਵੱਡੀ ਗੱਲ ਜੋ ਅੱਜ ਸਮਝਣ ਦੀ ਲੋੜ ਹੈ ਉਹ ਇਹ ਕਿ ਪੰਜਾਬੀ ਲਈ ਉਸਦੀ ਭਾਸ਼ਾ ਪੰਜਾਬੀ ਉਨੀ ਹੀ ਅਹਿਮ ਹੈ ਜਿੰਨੀ ਕਿ ਉਸਦੀ ਆਪਣੀ ਮਾਂ। ਕਿਉਂਕਿ ਜਦ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਸਨੂੰ ਉਸਦੀ ਬੋਲੀ ਦੀ ਪਹਿਚਾਣ ਉਸਦੀ ਮਾਂ ਹੀ ਕਰਵਾਉਂਦੀ ਹੈ, ਅਤੇ ਉਸੇ ਨਾਲ ਉਹ ਬੱਚਾ ਦੁਨੀਆ 'ਚ ਕਦਮ ਰੱਖਦਾ ਹੈ। ਇਸ ਲਈ ਮਾਂ ਬੋਲੀ ਨੂੰ ਸਾਨੂੰ ਆਪਣੀ ਮਾਂ ਵਾਂਗ ਹੀ ਪਿਆਰ ਕਰਨਾ ਚਾਹੀਦਾ ਹੈ। ਅਜੋਕੇ ਸਮੇਂ 'ਚ ਜਦ ਪੂਰੀ ਦੁਨੀਆ ਡਿਜੀਟਲ ਕ੍ਰਾਂਤੀ ਦੇ ਦੌਰ ਤੋਂ ਲੰਘ ਰਹੀ ਹੈ, ਅਤੇ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ, ਤਾਂ ਜੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਿੰਝ ਅੱਗੇ ਲਿਜਾਉਣਾ ਹੈ ਅਤੇ ਇਸਦੀ ਵੱਖਰੀ ਹੋਂਦ ਅਤੇ ਪਹਿਚਾਣ ਕਾਇਮ ਰੱਖਣੀ ਹੈ, ਇਸ ਲਈ ਡੂੰਘੀ ਪੜਚੋਲ ਦੀ ਲੋੜ ਹੈ। ਹੋਰ ਤਾਂ ਹੋਰ ਆਪਣੇ ਖੁਦ ਦੇ ਮੁਲਕ ਭਾਰਤ 'ਚ ਮਾਂ ਬੋਲੀ ਪੰਜਾਬੀ ਨੂੰ ਕਿੰਝ ਹੋਰਨਾਂ ਸੂਬਿਆਂ 'ਚ ਉਸਦਾ ਬਣਦਾ ਸਤਿਕਾਰ ਦਿਵਾਉਣਾ ਹੈ, ਅਤੇ ਇਸ ਲਈ ਸਾਨੂੰ ਪੰਜਾਬੀਆਂ ਨੂੰ ਹੀ ਸੋਚਣਾ ਪਵੇਗਾ। ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾ ਵਿਸਰੇ ਅਤੇ ਉਹ ਇਸ ਮਿੱਠੀ ਬੋਲੀ ਨੂੰ ਸਦਾ ਅੱਗੇ ਲਿਜਾਉਣ ਦੇ ਲਈ ਇਸ 'ਤੇ ਵੀ ਕੰਮ ਕਰਨ ਦੀ ਲੋੜ ਹੈ। ਸੋ ਇਸ ਆਉਂਦੀ 21 ਫਰਵਰੀ ਨੂੰ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਇੰਡੀਆ ਨਿਊਜ਼ ਪੰਜਾਬ ਅਪੀਲ ਕਰਦਾ ਹੈ ਕਿ ਉਹ ਆਪਣੀ ਮਾਂ ਬੋਲੀ ਦੇ ਪ੍ਰਸਾਰ ਲਈ ਉਪਰਾਲੇ ਕਰਨ,
ਉਸ ਨੂੰ ਸਦਾ ਪਹਿਲ ਦੇਣ ਤੇ ਆਪਣੀ ਮਾਂ ਬੋਲੀ ਤੇ ਮਾਣ ਕਰਨ। ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਸਨਮਾਨ ਦੇ ਲਈ ਇੰਡੀਆ ਨਿਊਜ਼ ਪੰਜਾਬ ਸਦਾ ਡਟ ਕੇ ਪਹਿਰਾ ਦੇਵੇਗਾ। ਇਸ ਗੱਲ ਦਾ ਅਸੀਂ ਜ਼ਰੂਰ ਭਰੋਸਾ ਦਿਵਾਉਂਦੇ ਹਾਂ। ਸੋ ਆਓ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਮਾਣ ਦੇ ਲਈ ਉਪਰਾਲੇ ਕਰੀਏ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਪੰਜਾਬੀ ਮਾਂ ਬੋਲੀ ਦੇ ਮੋਹਰੇ ਕਿਹੜੀਆਂ ਔਕੜਾਂ ਨੇ, ਕਿਹੜੇ ਚੈਲੇਂਜਸ ਨੇ, ਆਉਣ ਵਾਲੇ ਸਮੇਂ ਦੇ ਵਿੱਚ ਅੱਜ ਇਹ ਜਾਣਨ ਦੀ ਲੋੜ ਹੈ। ਅਸੀਂ ਆਪਣੀ ਬੋਲੀ ਨੂੰ ਪਿਆਰ ਕਿੰਨਾ ਕਰਦੇ ਹਾਂ। ਮੈਂ ਵੀ ਪੰਜਾਬੀ ਬੋਲ ਰਿਹਾ, ਪਰ ਇਹ ਪੰਜਾਬੀ ਬੋਲੀ ਨੂੰ ਪਿਆਰ ਕਿੰਨਾ ਕਰਦੇ ਹਾਂ। ਆਖਿਰ ਦੂਜੀ ਭਾਸ਼ਾਵਾਂ ਤਾਂ ਜਿਹੜਾ ਦਬਦਬਾ ਹੈ ਉਹ ਵੱਧਦਾ ਜਾ ਰਿਹਾ, ਇਹ ਜਾਣਨ ਦੀ ਲੋੜ ਹੈ। ਅਤੇ ਸਾਡੀ ਭਾਸ਼ਾ ਕਿੱਥੇ ਖੜ੍ਹਦੀ ਹੈ? ਖਾਸ ਤੌਰ 'ਤੇ ਮਹਿਮਾਨ ਚਰਚਾ ਦੇ ਲਈ ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਡੋਲੀ ਗੁਲੇਰੀਆ ਜੀ, ਪੰਜਾਬੀ ਗਾਇਕਾ ਸਾਡੇ ਨਾਲ, ਨਾਮਵਰ ਗਾਇਕਾ ਸਾਡੇ ਨਾਲ ਮੌਜੂਦ ਨੇ। ਦੀਪਕ ਬਾਲੀ ਜੀ, ਪਲਾਜ਼ਮਾ ਰਿਕਾਰਡਸ ਦੇ ਮੁਖੀ। ਸਤਨਾਮ ਮਾਣਕ ਜੀ, ਉੱਘੇ ਪੱਤਰਕਾਰ, ਪੰਜਾਬੀ ਜਾਗ੍ਰਿਤੀ ਮੰਚ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮਾਣਕ ਸਾਹਿਬ, ਆਈ ਵਿਲ ਸਟਾਰਟ ਵਿਦ ਯੂ। ਦੇਖੋ, ਜਿਵੇਂ ਹੁਣ ਮੈਂ ਬੋਲਿਆ, ਕਿਉਂਕਿ ਮੈਨੂੰ ਆਦਤ ਹੈ, ਸਪੋਜ਼ ਜਦੋਂ ਮੈਂ ਸ਼ੁਰੂ ਕਰਦਾ ਹਾਂ, ਜਦੋਂ ਕੋਈ ਡਿਬੇਟ ਕਰਦਾ ਹੈ, ਕਿਉਂਕਿ ਹੁਣੇ ਵੀ ਡਿਬੇਟ ਕਰਕੇ ਹਟੇ, ਜਦੋਂ ਗੱਲਬਾਤ ਕਰਦੇ ਤਾਂ ਅੰਗਰੇਜ਼ੀ ਦੇ ਅਲਫਾਜ਼ ਆ ਜਾਂਦੇ ਆ। ਇਹੀ ਚੀਜ਼ ਜਾਣਨ ਦੀ ਲੋੜ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਬੋਲੀ, ਆਖਿਰ ਸਾਡੀ ਜ਼ਬਾਨ ਕਿਉਂ ਪੂਰੀ ਤਰ੍ਹਾਂ ਨਹੀਂ ਬਣ ਪਾ ਰਹੀ? ਅੱਜ ਇਹੀ ਤਾਂ ਦਿੱਕਤ ਹੈ, ਸਾਡੀ ਮਾਂ ਬੋਲੀ ਸਾਡੇ ਸਾਹਮਣੇ ਚੁਣੌਤੀ ਬਣ ਗਈ ਹੈ ਕਿ ਅਸੀਂ ਦੂਜੀ ਭਾਸ਼ਾਵਾਂ ਨੂੰ ਜ਼ਿਆਦਾ ਲੈ ਕੇ ਜਾਂਦੇ ਹਾਂ, ਅੱਗੇ ਉਹਦੇ 'ਚ ਗੱਲਬਾਤ ਕਰਦੇ ਹਾਂ, ਪਰ ਸਾਡੀ ਆਪਣੀ ਬੋਲੀ ਕਿਤੇ ਨਾ ਕਿਤੇ ਹੌਲੀ ਹੌਲੀ ਪਿੱਛੇ ਜਾਂਦੀ ਜਾ ਰਹੀ ਹੈ। ਕਿਵੇਂ ਲੈ ਕੇ ਜਾਵਾਂਗੇ ਅੱਗੇ ਆਪਣੀ ਭਾਸ਼ਾ ਨੂੰ? ਸਭ ਤੋਂ ਪਹਿਲਾਂ ਮੈਂ ਇੰਡੀਆ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਔਰ ਇਹਦੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ। ਜਿੱਥੋਂ ਤੱਕ ਤੁਹਾਡੇ ਸਵਾਲ ਦਾ ਸੰਬੰਧ ਹੈ, ਕੋਈ ਵੀ ਜ਼ਬਾਨ ਜਿਹੜੀ ਆ ਉਹ ਤਦੇ ਹੀ ਜ਼ਿੰਦਾ ਰਹਿੰਦੀ ਹੈ ਜੇਕਰ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਵਿੱਚ ਉਹਨੂੰ ਲਾਗੂ ਕੀਤਾ ਜਾਏ। ਮੈਂ ਸਮਝਦਾ ਕਿ 15 ਅਗਸਤ 1947 ਨੂੰ ਇਹ ਦੇਸ਼ ਜਿਹੜਾ ਰਾਜਨੀਤਿਕ ਤੌਰ 'ਤੇ ਆਜ਼ਾਦ ਹੋਇਆ, ਪਰ ਭਾਸ਼ਾਈ ਤੌਰ 'ਤੇ ਇਹ ਦੇਸ਼ ਅੱਜ ਵੀ ਗੁਲਾਮੀ ਹੰਢਾ ਰਿਹਾ। ਪੰਜਾਬ ਦੀ ਅਤੇ ਪੰਜਾਬੀ ਦੀ ਕੋਈ ਵੱਖਰੀ ਸਥਿਤੀ ਨਹੀਂ ਹੈਗੀ। ਸਾਰੀਆਂ ਖੇਤਰੀ ਭਾਸ਼ਾਵਾਂ ਜਿਹੜੀਆਂ ਹਿੰਦੁਸਤਾਨ ਦੇ ਅੰਦਰ ਹੈ ਉਹਨਾਂ ਲਈ ਚੁਣੌਤੀਆਂ ਔਰ ਉਹ ਅਲੋਪ ਹੋਣ ਵਾਲੇ ਪਾਸੇ ਵੱਧ ਰਹੀਆਂ, ਕਿਉਂਕਿ ਸਾਡੀ ਜਿਹੜੀ ਅਲੀਟ ਕਲਾਸ ਹੈ ਜਾਂ ਸਾਡੀ ਜਿਹੜੀ ਰੂਲਿੰਗ ਕਲਾਸ ਹੈ ਉਹ ਅੱਜ ਵੀ ਜਿਹੜੀ ਅੰਗਰੇਜ਼ੀ 'ਚ ਲੋਕਾਂ ਨੂੰ ਪ੍ਰਸ਼ਾਸਨ ਦੇ ਰਹੀ ਆ, ਜਿਹੜੀਆਂ ਖੇਤਰੀ ਜ਼ਬਾਨਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਵਿੱਚ ਬਹੁਤ ਘੱਟ ਮਹੱਤਵ ਦਿੱਤਾ ਜਾ ਰਿਹਾ। ਜਦੋਂ ਤੱਕ ਸਾਡੀਆਂ ਸਰਕਾਰਾਂ, ਚਾਹੇ ਉਹ ਕੇਂਦਰੀ ਸਰਕਾਰ ਹੈ ਚਾਹੇ ਉਹ ਰਾਜ ਸਰਕਾਰਾਂ, ਖੇਤਰੀ ਜ਼ਬਾਨਾਂ ਪ੍ਰਤੀ ਆਪਣਾ ਰਵੱਈਆ ਨਹੀਂ ਬਦਲਦੀਆਂ, ਇਹਨਾਂ ਜ਼ਬਾਨਾਂ ਦਾ ਵਿਕਾਸ ਹੋਣਾ ਸੰਭਵ ਨਹੀਂ ਹੈ। ਇਹਦੇ ਨਾਲ ਹੀ ਇਹ ਇਸ ਗੱਲ 'ਤੇ ਵੀ ਮੈਂ ਜ਼ੋਰ ਦੇਣਾ ਚਾਹੁੰਦਾ ਕਿ ਭਾਰਤ ਦੇ ਜਿਹੜੇ ਲੋਕ ਆ ਵੱਖ ਵੱਖ ਸੂਬਿਆਂ 'ਚ ਰਹਿੰਦੇ ਆ, ਜਿਨ੍ਹਾਂ ਦੀ ਆਪਣੀ ਜ਼ਬਾਨ ਹੈ, ਆਪਣਾ ਸੱਭਿਆਚਾਰ ਹੈ, ਆਪਣਾ ਇਤਿਹਾਸ ਹੈ, ਆਪਣਾ ਵਿਰਸਾ ਹੈ, ਆਪਣਾ ਇੱਕ ਭੂਗੋਲਿਕ ਖਿੱਤਾ ਹੈ, ਆਪਣੇ ਆਪਣੇ ਉਹਨਾਂ ਦੇ ਆਰਥਿਕ ਜੀਵਨ ਹੈ। ਇਹਨਾਂ ਸਾਰੇ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ 'ਚ ਸ਼ਾਮਿਲ ਕਰਨ ਲਈ ਅਤੇ ਉਹਨਾਂ ਦੀ ਪਹਿਚਾਣ ਦੀ ਸੁਰੱਖਿਆ ਕਰਨ ਲਈ ਉਹਨਾਂ ਦੀਆਂ ਜ਼ਬਾਨਾਂ ਦਾ ਵਿਕਾਸ ਹੋਣਾ ਬੜਾ ਜ਼ਰੂਰੀ ਹੈ। ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ 'ਚ ਉਹਨਾਂ ਨੂੰ ਮਹੱਤਵ ਦੇਣਾ ਜ਼ਰੂਰੀ ਹੈ ਅਤੇ ਲੋਕਾਂ ਨੂੰ ਚੇਤਨ ਹੋ ਕੇ ਹੀ ਇਹ ਨਿਸ਼ਾਨੇ ਪ੍ਰਾਪਤ ਕਰਨੇ ਪੈਣਗੇ। ਬਿਲਕੁਲ ਸਹੀ ਕਿਹਾ ਤੁਸੀਂ ਬਾਲੀ ਜੀ। ਇਹ ਸਾਰੀ ਇੰਨੀ ਸਾਰੀ ਔਂਕੜਾਂ ਸਾਡੇ ਸਾਹਮਣੇ ਹੈ, ਇਹ ਚੈਲੇਂਜਸ ਨੇ, ਕਿਵੇਂ ਨਿਪਟਾਂਗੇ ਆਪਾਂ, ਕਿਵੇਂ ਵੇਖਦੇ ਹੋ? ਬਿਲਕੁਲ ਵਾਲੀਆ ਜੀ, ਚੈਲੇਂਜਸ ਜਿਹੜੀਆਂ ਔਕੜਾਂ ਨੇ ਉਹ ਬਹੁਤ ਵੱਡੇ ਨੇ, ਕਿਉਂਕਿ ਜਿਹੜੀਆਂ ਫੋਰਸਿਸ ਆ ਉਹ ਇਹਦੇ ਉਲਟ ਕੰਮ ਕਰ ਰਹੀਆਂ, ਕਿਉਂਕਿ ਜਦੋਂ ਜਿਹੜੇ ਇੱਕ ਭਾਸ਼ਾ 'ਚ ਵਸਣ ਵਾਲੇ ਲੋਕਾਂ ਦਾ ਇਹ ਖਿੱਤਾ ਆ ਤਾਂ ਇੱਥੇ ਦੀ ਮੁੱਖ ਜ਼ੁਬਾਨ ਜਿਹੜੀ ਆ, ਮੁੱਖ ਭਾਸ਼ਾ, ਉਹ ਪੰਜਾਬੀ ਹੋਣੀ ਚਾਹੀਦੀ ਆ। ਰਾਜ ਦੀ ਭਾਸ਼ਾ, ਸਰਕਾਰ ਦੀ ਭਾਸ਼ਾ, ਰੁਜ਼ਗਾਰ ਦੀ ਭਾਸ਼ਾ, ਪਰਿਵਾਰ ਦੀ ਭਾਸ਼ਾ ਜਦ ਤੱਕ ਇੱਕ ਨਹੀਂ ਹੁੰਦੀ ਤਦ ਤੱਕ ਇਹ ਕਾਮਯਾਬੀਆਂ ਨਹੀਂ ਹਾਸਲ ਕੀਤੀਆਂ ਜਾਂਦੀਆਂ। ਬਿਲਕੁਲ। ਪਰ ਇਸ ਸਭ ਕੁਝ ਦੇ ਲਈ ਮੈਂ ਸੋਚਦਾ ਕਿ ਸਰਕਾਰਾਂ ਵੱਲ ਅਸੀਂ ਵੇਖੀਏ, ਸਰਕਾਰਾਂ ਦਾ ਫਰਜ਼ ਆ ਉਹ ਆਪਣੇ ਨਿਭਾਉਣ, ਪਰ ਆਮ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਆ, ਕਿਉਂਕਿ ਪੰਜਾਬੀ ਪੌਣੇ ਗੁਰਮੁਖੀ 'ਚ ਜਿਹੜੀ ਪੰਜਾਬੀ ਆ ਉਹ ਲਗਭਗ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੀ ਆ। ਬਿਲਕੁਲ। ਔਰ ਵੱਡੀ ਗੱਲ ਇਹ ਆ ਕਿ ਜਦੋਂ ਆਪਾਂ ਸਾਰੇ ਰਲ ਕੇ ਇਹਦੇ ਲਈ ਹੰਭਲੇ ਮਾਰਾਂਗੇ, ਕਿਉਂਕਿ ਸਰਕਾਰਾਂ ਨੂੰ ਇਕੱਠ ਦੀ ਆਵਾਜ਼ ਸੁਣਦੀ ਆ, ਸਰਕਾਰਾਂ ਉਸੇ ਮਸਲੇ ਵੱਲ ਧਿਆਨ ਦਿੰਦੀਆਂ ਜਿੱਥੇ ਲੋਕ ਇਕੱਠੇ ਹੋ ਕੇ ਮੰਗ ਕਰਦੇ ਆ। ਬਿਲਕੁਲ ਠੀਕ। ਵਰਨਾ ਆਮ ਤੌਰ 'ਤੇ ਭਾਸ਼ਾ, ਸੰਗੀਤ, ਸਾਹਿਤ, ਸੱਭਿਆਚਾਰ ਇਹ ਸਰਕਾਰਾਂ ਦਾ ਕੋਈ ਮਸਲਾ ਨਹੀਂ ਹੈ। ਸਰਕਾਰਾਂ ਲਈ ਦੋ ਹੀ ਮੁੱਦੇ ਮੇਰੀ ਨਜ਼ਰ 'ਚ ਭਾਰੂ ਨੇ, ਇੱਕ ਤਾਂ ਉਹ ਜਿਹਤੋਂ ਵੋਟ ਬੈਂਕ ਦੀ ਰਾਜਨੀਤੀ ਪ੍ਰਭਾਵਿਤ ਹੁੰਦੀ ਹੋਵੇ,
ਦੂਜੀ ਉਹ ਜਿਹਦੇ ਨਾਲ ਆਰਥਿਕਤਾ ਜੁੜੀ ਹੋਵੇ, ਬਿਲਕੁਲ ਦੋ ਹੀ ਮਸਲੇ ਭਾਰੀ ਨੇ, ਪਰ ਜਦਕਿ ਇਹ ਪੰਜਾਬੀਆਂ ਦੇ ਵਜੂਦ ਨਾਲ ਜੁੜਿਆ ਹੋਇਆ ਮੁੱਦਾ ਆ। ਬਿਲਕੁਲ, ਸੋ ਪੰਜਾਬੀਆਂ ਨੂੰ ਇਹਦੇ ਬਾਰੇ ਆਵਾਜ਼ ਦੇਣ ਦੀ ਲੋੜ ਆ ਕਿ ਇਹਦੀ ਇਹਦੀ ਜਿਹੜੀ ਲੜਾਈ ਆ, ਇਹਦੀ ਅਸਲੀ ਜਿੱਤ ਆ ਉਹ ਇਸ ਕਰਨ ਨਾਲ ਆ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਨਾਲ ਕਿਵੇਂ ਜੋੜ ਲੈਂਦੇ ਹਾਂ। ਜੇ ਅਸੀਂ ਉਹਨੂੰ ਜੋੜਨ ਵਿੱਚ ਕਾਮਯਾਬ ਹੋ ਗਏ ਤਾਂ ਸਾਡੀ ਪੰਜਾਬੀ ਇਸੇ ਹੀ ਰਫਤਾਰ ਨਾਲ, ਇਸੇ ਹੀ ਵਹਾਅ ਨਾਲ, ਇਸੇ ਹੀ ਤਰੀਕੇ ਨਾਲ ਅਗਾਂਹ ਜਾਏਗੀ। ਸੋ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਦੇਣ ਦੀ ਲੋੜ ਆ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਭਾਸ਼ਾ ਨਾਲ ਜੋੜਨ ਦੀ ਲੋੜ ਆ, ਕਿਉਂਕਿ ਫੋਰਸਿਸ ਚਾਹੇ ਉਹ ਕਾਰਪੋਰੇਟ ਨੇ, ਚਾਹੇ ਉਹ ਸਕੂਲ ਆ, ਚਾਹੇ ਉਹ ਅਲੀਟ ਕਲਾਸ ਆ, ਚਾਹੇ ਉਹ ਰੂਲਿੰਗ ਕਲਾਸ ਆ, ਚਾਹੇ ਉਹ ਐਡਮਿਨਿਸਟ੍ਰੇਟਿਵ ਕਲਾਸ ਆ, ਉਹ ਇਹਦੇ ਉਲਟ ਕੰਮ ਕਰ ਰਹੀ ਆ। ਬਿਲਕੁਲ, ਲੇਕਿਨ ਸਾਡਾ ਫਰਜ਼ ਬਣਦਾ ਕਿ ਅਸੀਂ ਪੰਜਾਬੀ, ਸਾਡੇ ਵਜੂਦ ਨਾਲ ਜੁੜਿਆ ਹੋਇਆ ਮੁੱਦਾ ਆ, ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਨਾਲ ਜੋੜ ਕੇ ਇਸ ਮਿੱਟੀ ਦੇ ਵਫ਼ਾਦਾਰ ਪੰਜਾਬੀ ਬਣੀਏ। ਬਿਲਕੁਲ ਸਹੀ ਗੱਲ ਹੈ। ਡੋਲੀ ਜੀ ਬੈਠੇ ਨੇ, ਡੋਲੀ ਜੀ ਜਿਵੇਂ ਬਾਲੀ ਜੀ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਸਾਨੂੰ ਨੌਜਵਾਨਾਂ ਨੂੰ ਨਾਲ ਜੋੜਨ ਦੀ ਲੋੜ, ਨੌਜਵਾਨ ਕਿਵੇਂ ਨਾਲ ਜੋੜਨਗੇ? ਕਿਉਂਕਿ ਤੁਸੀਂ ਗਾਇਕ ਹੋ, ਤੁਸੀਂ ਦੇਖਦੇ ਹੋ ਕਿ ਅੱਜ ਜਦੋਂ ਗਾਣੇ ਆਉਂਦੇ ਨੇ ਨੌਜਵਾਨ ਪਸੰਦ ਵੀ ਕਰਦੇ ਨੇ, ਪਰ ਇਹ ਟ੍ਰੈਂਡ ਚਲੋ ਹੌਲੀ ਹੌਲੀ ਹੁਣ ਵੱਧ ਰਿਹਾ, ਕਿਤੇ ਨਾ ਕਿਤੇ ਅੱਜ ਵੀ ਬਾਲੀਵੁੱਡ ਹਾਵੀ ਹੈ, ਪਰ ਸਾਡੀ ਇੰਡਸਟਰੀ ਦੇ ਲਈ ਵੀ ਚੈਲੇਂਜ ਹੈ। ਕਿੰਨਾ ਵੱਡਾ ਰੋਲ ਅੱਜ ਪੰਜਾਬੀ ਇੰਡਸਟਰੀ ਤੁਹਾਨੂੰ ਲੱਗਦਾ ਹੈ ਕਿ ਪਲੇ ਕਰ ਸਕਦੀ ਹੈ ਨੌਜਵਾਨਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖਣ ਦੇ ਵਿੱਚ? ਮੈਨੂੰ ਬੜੀ ਖੁਸ਼ੀ ਹੈ ਕਿ ਇਹ ਮੁੱਦਾ ਤੁਸੀਂ ਚੁੱਕਿਆ, ਕਿਉਂਕਿ 21 ਤਰੀਕ ਨੂੰ ਜਿਹੜਾ ਵੱਡਾ ਸਮਾਗਮ ਹੋ ਰਿਹਾ ਹੈ, ਪੰਜਾਬੀ ਬੋਲੀ ਦੀ ਸਿਫਾਰਿਸ਼ ਅਸੀਂ ਕਰਨੀ ਹੈ ਸਾਰੀ ਦੁਨੀਆ ਦੇ ਵਿੱਚ ਕਿ ਪੰਜਾਬੀ ਬੋਲੀ ਨੂੰ ਮਰਨ ਨਾ ਦਿਓ। ਬਿਲਕੁਲ, ਪੰਜਾਬੀਆਂ ਨੇ ਸਾਰੀ ਦੁਨੀਆ ਦੇ ਵਿੱਚ ਆਪਣੀ ਤਾਕ ਜਮਾਈ ਹੋਈ ਹੈ, ਪੰਜਾਬੀ ਸੰਗੀਤ ਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ, ਸਾਡੀ ਬੋਲੀ ਜਿਹੜੀ ਹੈ ਇੰਨੀ ਖੂਬਸੂਰਤ ਬੋਲੀ ਹੈ, ਸਾਡਾ ਫਰਜ਼ ਬਣਦਾ ਕਿ ਘਰ ਘਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸ਼ੁਰੂ ਤੋਂ ਸਿਖਾਈਏ ਅਤੇ ਸਕੂਲਾਂ ਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਇੱਕ ਪੂਰੀ ਪੂਰੀ ਪ੍ਰਮੋਸ਼ਨ ਕੀਤੀ ਜਾਏ। ਇਹ ਨਹੀਂ ਕਿ ਉਹਨੂੰ ਇੱਕ ਥਰਡ ਲੈਂਗੁਏਜ ਕਰਕੇ ਉਹਨੂੰ ਬਿਲਕੁਲ ਵਿਸਾਰ ਦਿੱਤਾ ਜਾਏ। ਬਿਲਕੁਲ, ਆਪਣੇ ਵਿਰਸੇ ਦੇ ਨਾਲ, ਆਪਣੇ ਓਰੀਜਿਨ ਦੇ ਨਾਲ ਜੁੜੇ ਰਹਿਣਾ ਪੰਜਾਬੀਆਂ ਦਾ ਫਰਜ਼ ਬਣਦਾ ਹੈ। ਔਰ ਮੈਂ ਸਮਝਦੀ ਹਾਂ ਕਿ ਜੇ ਘਰ ਘਰ ਦੇ ਵਿੱਚ ਪੰਜਾਬੀ ਸਿਖਾਈ ਜਾਏਗੀ, ਬਿਲਕੁਲ ਪੰਜਾਬੀ ਲਿਟਰੇਚਰ ਨੂੰ ਪੜ੍ਹਾਇਆ ਜਾਏਗਾ, ਸਾਡਾ ਕਿੰਨਾ ਰਿਚ ਕਲਚਰ ਹੈ ਬਿਲਕੁਲ ਉਹ ਦੱਸਿਆ ਜਾਏਗਾ ਬੱਚਿਆਂ ਨੂੰ, ਤੇ ਪੰਜਾਬੀ ਬੋਲੀ ਕਦੀ ਨਹੀਂ ਮਰ ਸਕਦੀ। ਬਿਲਕੁਲ ਠੀਕ, ਕਿਉਂਕਿ ਪੰਜਾਬੀ ਇਹੋ ਜਿਹੇ ਲੋਕ ਨੇ ਸਾਰੀ ਦੁਨੀਆ ਦੇ ਵਿੱਚ ਫੈਲੇ ਹੋਏ ਹਾਂ ਅਸੀਂ, ਸਾਡੀ ਇਹ ਜ਼ਬਾਨ ਕਦੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਗੱਲ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਮਾਂ ਬੋਲੀ ਦੇ ਉੱਪਰ ਚਰਚਾ ਕਰ ਰਹੇ ਹਾਂ ਕਿ ਆਖਿਰ ਔਂਕੜਾ ਜੋ ਹੈ ਕਿਸ ਤਰੀਕੇ ਨਾਲ ਉਹਨਾਂ ਨਾਲ ਨਜਿੱਠਿਆ ਜਾਏਗਾ। ਖਾਸ ਤੌਰ 'ਤੇ ਮਹਿਮਾਨ ਸਾਡੇ ਨਾਲ ਮੌਜੂਦ ਨੇ, ਗੱਲ ਕਰ ਰਹੇ ਸੀਗੇ ਕਿਸ ਤਰੀਕੇ ਦੇ ਚੈਲੇਂਜਸ ਨੇ ਔਂਕੜਾ ਨੇ। ਮਾਣਕ ਸਾਹਿਬ, ਬ੍ਰੇਕ ਥੋੜ੍ਹਾ ਲੰਬਾ ਰਿਹਾ, ਪਰ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਕਿ ਸਾਡੀ ਨੌਜਵਾਨ ਪੀੜ੍ਹੀ ਕੀ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਭਾਸ਼ਾ ਨੂੰ ਉਨੀ ਇੰਪੋਰਟੈਂਸ ਦਿੰਦੀ ਆ ਉਹਨਾਂ ਦੇ ਲਈ ਕਿ ਉਨੀ ਅਹਿਮ ਭਾਸ਼ਾ ਇਹ ਹੈ? ਕਿਉਂਕਿ ਅਸੀਂ ਦੇਖਦੇ ਹਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਹੁਣ ਅੰਗਰੇਜ਼ੀ ਨੂੰ ਇੰਪੋਰਟੈਂਸ ਦੇ ਰਹੇ ਹੈ, ਅੰਗਰੇਜ਼ੀ ਸਕੂਲਾਂ ਦੇ ਵਿੱਚ ਮਾਂ ਪਿਓ ਆਪਣੇ ਬੱਚਿਆਂ ਨੂੰ ਪਾ ਕੇ ਰਾਜ਼ੀ ਨੇ, ਕੋਨਵੈਂਟ ਸਕੂਲਾਂ 'ਚ ਪਾ ਰਹੇ ਨੇ ਜਿੱਥੇ ਪੰਜਾਬੀ ਤਾਂ ਪੜ੍ਹਾਈ ਨਹੀਂ ਜਾਂਦੀ, ਅਤੇ ਆਪਣੇ ਪੰਜਾਬ ਦੇ ਵਿੱਚ ਅੱਜ ਪੰਜਾਬੀ ਨੂੰ ਬਚਾਉਣਾ ਮੁਸ਼ਕਿਲ ਨਹੀਂ ਲੱਗਦਾ ਤੁਹਾਨੂੰ ਕਿ ਕਿਸ ਤਰੀਕੇ ਨਾਲ ਇਹ ਚੈਲੇਂਜ ਸਭ ਤੋਂ ਵੱਡਾ ਸਾਡੇ ਸਾਹਮਣੇ ਹੀ ਆ ਗਿਆ? ਦੁਨੀਆ ਦੀ ਗੱਲ ਤਾਂ ਬਾਅਦ 'ਚ ਕਰਾਂਗੇ ਕਿ ਵਿਦੇਸ਼ਾਂ 'ਚ ਸਾਡੇ ਪੰਜਾਬੀ ਵੱਸਦੇ ਨੇ, ਉਹਨਾਂ ਦੇ ਬੱਚੇ ਪੰਜਾਬੀ ਸਿੱਖਣ ਜਦੋਂ ਭਾਰਤ ਆਉਣ ਅਤੇ ਪੰਜਾਬੀ ਬੋਲਣ, ਪਹਿਲੇ ਆਪਾਂ ਆਪਣੇ ਨੂੰ ਬਚਾ ਲਈਏ। ਵਾਲੀਆ ਜੀ, ਇਹਦੇ ਲਈ ਨੌਜਵਾਨਾਂ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾ ਸਕਦਾ, ਇਹਦੇ 'ਚ ਨੌਜਵਾਨਾਂ ਦਾ ਕਸੂਰ ਨਹੀਂ ਹੈਗਾ। ਗੱਲ ਤਾਂ ਇਹ ਹੈ ਕਿ ਪੰਜਾਬ 'ਚ ਜਦੋਂ ਗੜਬੜ ਵਾਲੇ ਹਾਲਾਤ ਰਹੇ 3 ਕੁ ਦਹਾਕੇ ਪਹਿਲਾਂ, ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦਾ ਪ੍ਰਸ਼ਾਸਨਾਂ ਨੇ, ਜਿਹੜੇ ਚਾਹੇ ਗਵਰਨਰੀ ਪ੍ਰਸ਼ਾਸਨ ਸੀਗੇ, ਚਾਹੇ ਉਹ ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਬਣੀਆਂ, ਉਹਨਾਂ ਨੇ ਸਰਕਾਰੀ ਸਕੂਲਾਂ ਵੱਲ ਪੂਰੀ ਤਵੱਜੋ ਨਹੀਂ ਦਿੱਤੀ, ਸਮੇਂ ਸਿਰ ਸਕੂਲਾਂ ਵਿੱਚ ਟੀਚਰ ਮੁਹੱਈਆ ਨਹੀਂ ਕੀਤੇ ਗਏ, ਹੋਰ ਅਮਲਾ ਮੁਹੱਈਆ ਨਹੀਂ ਕੀਤਾ ਗਿਆ। ਸਕੂਲ ਜਦੋਂ ਸਰਕਾਰੀ ਸਕੂਲਾਂ 'ਚ ਜਿੱਥੇ ਬਹੁਤ ਗਿਣਤੀ ਬੱਚੇ ਪੰਜਾਬ ਦੇ ਲੋਕਾਂ ਦੇ ਪੜ੍ਹਦੇ ਸੀਗੇ, ਉੱਥੇ ਟੀਚਰ ਨਹੀਂ ਦਿੱਤੇ, ਤਾਂ ਲੋਕਾਂ ਨੇ ਉੱਥੇ ਦਾਲ ਚੌਲ ਖਿਲਵਾਉਣ ਲਈ ਤਾਂ ਆਪਣੇ ਬੱਚੇ ਭੇਜਣੇ ਨਹੀਂ। ਪੰਜਾਬ ਦੇ ਵਿੱਚ ਲੋਕ ਆਬਾਦੀ ਪ੍ਰਤੀ ਬੜੇ ਸੁਚੇਤ ਆ, ਬਹੁਤੇ ਪੰਜਾਬੀ ਪਰਿਵਾਰਾਂ ਦੇ ਇੱਕ ਇੱਕ ਦੋ ਦੋ ਬੱਚੇ ਆ, ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਚਾਹੁੰਦੇ ਆ, ਉਹ ਦਾਲ ਚੌਲ ਖਵਾਉਣ ਲਈ ਸਕੂਲਾਂ 'ਚ ਨਹੀਂ ਭੇਜਦੇ। ਸਾਡੀਆਂ ਸਰਕਾਰਾਂ ਦੀ ਨੀਤੀ ਇਹ ਰਹੀ ਹੈ ਕਿ ਸਰਕਾਰੀ ਸਕੂਲਾਂ 'ਚ ਟੀਚਰ ਹੋਣ ਨਾ ਹੋਣ, ਦਾਲ ਚੌਲ ਖਵਾਉਣ ਲਈ ਲੋਕ ਉੱਥੇ ਭੇਜੇ ਜਾਣ। ਮਜਬੂਰ ਹੋ ਕੇ ਜਦੋਂ ਸਰਕਾਰਾਂ ਨੇ ਟੀਚਰ ਨਹੀਂ ਦਿੱਤੇ ਤਾਂ ਲੋਕਾਂ ਨੇ ਆਪਣੇ ਬੱਚੇ ਕੱਢ ਕੇ ਪ੍ਰਾਈਵੇਟ ਸਕੂਲਾਂ 'ਚ ਪਾਏ, ਅਤੇ ਪ੍ਰਾਈਵੇਟ ਸਕੂਲ ਆ ਜਿਹੜੇ
ਉਹਦੇ ਵਿੱਚ ਬੱਚਿਆਂ ਨੂੰ ਪੰਜਾਬੀ ਠੀਕ ਤਰ੍ਹਾਂ ਪੜ੍ਹਾਉਣੀ ਤਾਂ ਕੀ ਸੀਗੀ, ਉੱਥੇ ਤਾਂ ਬੱਚਿਆਂ ਤੇ ਪੰਜਾਬੀ ਬੋਲਣ ਤੇ ਪਾਬੰਦੀਆਂ ਲਾਈਆਂ ਜਾਂਦੀਆਂ, ਉਹਨਾਂ ਨੂੰ ਜੁਰਮਾਨੇ ਕੀਤੇ ਜਾਂਦੇ ਆ, ਉਹਨਾਂ ਦੇ ਗਲਾਂ 'ਚ ਤਖਤੀਆਂ ਪਾਈਆਂ ਜਾਂਦੀਆਂ ਕਿ ਮੈਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਜਿਸ ਅਖੌਤੀ ਆਜ਼ਾਦ ਦੇਸ਼ ਦੇ ਅੰਦਰ ਆਪਣੀ ਜ਼ਬਾਨ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਦੇ ਗਲਾਂ 'ਚ ਤਖਤੀਆਂ ਪਾਈਆਂ ਜਾਣ, ਉਸ ਦੇਸ਼ 'ਚ ਤੁਸੀਂ ਬੱਚਿਆਂ ਤੇ ਨੌਜਵਾਨਾਂ ਤੋਂ ਇਹ ਆਸ ਕਰਦੇ ਆ ਕਿ ਉਹ ਆਪਣੀ ਜ਼ਬਾਨ ਨਾਲ ਜੋੜਨਗੇ? ਇਹ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸਾਡੀ ਸਿੱਖਿਆ ਦਿੱਖਿਆ ਦੀ ਨੀਤੀ ਜਿਹੜੀ ਆ ਉਹ ਅੰਗਰੇਜ਼ ਜੋ ਬਣਾ ਕੇ ਦੇ ਗਏ ਆ ਉਹੀ ਅਸੀਂ ਚਲਾ ਰਹੇ ਹਾਂ। ਅਸੀਂ ਅੱਜ ਵੀ 70-71 ਬਾਅਦ ਜਿਹਨੀ ਤੌਰ ਤੇ ਅਸੀਂ ਗੁਲਾਮ ਹੈ, ਅਸੀਂ ਗੁਲਾਮ ਲੋਕ ਹਾਂ, ਅਸੀਂ ਰਾਜਨੀਤਿਕ ਤੌਰ ਤੇ ਆਜ਼ਾਦ ਹਾਂ, ਜਿਹਨੀ ਤੌਰ ਤੇ ਗੁਲਾਮ ਹੈ, ਜਦੋਂ ਤੱਕ ਗੁਲਾਮੀ ਦੀ ਮਾਨਸਿਕਤਾ ਜਿਹੜੀ ਆ ਸਾਡੀ ਰੂਲਿੰਗ ਕਲਾਸ ਸਾਡੀ ਅਫਸਰਸ਼ਾਹੀ ਨਹੀਂ ਛੱਡਦੀ, ਨੌਜਵਾਨ ਪੰਜਾਬੀ ਨਾਲ ਤੇ ਖੇਤਰੀ ਜ਼ਬਾਨਾਂ ਨਾਲ ਨਹੀਂ ਜੁੜਨਗੇ। ਇਹਦੇ ਨਾਲ ਹੀ ਸਿੱਖਿਆ ਪ੍ਰਸ਼ਾਸਨ ਤੇ ਨਿਆਂ ਕਿਸੇ ਵੀ ਆਜ਼ਾਦ ਦੇਸ਼ 'ਚ ਲੋਕਾਂ ਨੂੰ ਉਹਨਾਂ ਦੀਆਂ ਜ਼ਬਾਨਾਂ 'ਚ ਦੇਣਾ ਚਾਹੀਦਾ। ਜੇ ਤੁਸੀਂ ਨਹੀਂ ਦਿੰਦੇ ਖੇਤਰੀ ਜ਼ਬਾਨਾਂ ਨੂੰ ਸਿੱਖਿਆ ਪ੍ਰਸ਼ਾਸਨ 'ਚ ਲਾਗੂ ਨਹੀਂ ਕਰਦੇ, ਉਹਨਾਂ ਨੂੰ ਰੁਜ਼ਗਾਰ ਦੀਆਂ ਭਾਸ਼ਾਵਾਂ ਨਹੀਂ ਬਣਾਉਂਦੇ, ਤੇ ਤੁਸੀਂ ਕਿੱਦਾਂ ਆਸ ਕਰਦੇ ਆ ਕਿ ਨੌਜਵਾਨ ਜਿਹੜੀ ਆ ਪੰਜਾਬੀ ਜ਼ਬਾਨ ਜਾਂ ਹੋਰ ਖੇਤਰੀ ਜ਼ਬਾਨਾਂ ਪੜ੍ਹਨ ਤੇ ਉਹਦੇ 'ਤੇ ਮਾਣ ਕਰਨ? ਅਸੀਂ ਲੋਕਾਂ ਨੂੰ ਮਜਬੂਰ ਕਰਤਾ ਕਿ ਉਹ ਆਪਣੀ ਜ਼ਬਾਨ ਨੂੰ ਘਟੀਆ ਸਮਝਣ, ਆਪਣੀ ਜ਼ਬਾਨ ਪ੍ਰਤੀ ਹੀਣ ਭਾਵਨਾ ਉਹਦੇ ਵਿੱਚ ਹੋਵੇ, ਤੇ ਉਹ ਵਿਦੇਸ਼ੀ ਜ਼ਬਾਨਾਂ ਪੜ੍ਹਨ ਲਈ ਅਸੀਂ ਜਿਹੜਾ ਆਪਣੇ ਨੌਜਵਾਨਾਂ ਨੂੰ ਮਜਬੂਰ ਕਰਤਾ। ਗੱਲ ਸਹੀ ਹੈ ਤੁਹਾਡੀ। ਇੱਕ ਪੱਤਰਕਾਰ ਵਜੋਂ, ਪੰਜਾਬ ਜਾਗਰਤੀ ਮੰਚ ਦੇ ਪ੍ਰਧਾਨ ਵਜੋਂ ਮੈਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਕਿਸੇ ਜ਼ਬਾਨ ਦੇ ਖਿਲਾਫ਼ ਨਹੀਂ। ਬਿਲਕੁਲ, ਬੱਚਿਆਂ ਨੂੰ ਲੋੜ ਹੈ ਅੰਗਰੇਜ਼ੀ ਵੀ ਪੜ੍ਹਾਓ, ਬੱਚਿਆਂ ਦੀਆਂ ਲੋੜਾਂ ਮੁਤਾਬਕ ਉਹਨਾਂ ਨੂੰ ਹਿੰਦੀ ਵੀ ਪੜ੍ਹਾਓ, ਬੱਚਿਆਂ ਦੀਆਂ ਲੋੜਾਂ ਮੁਤਾਬਕ ਦੁਨੀਆਂ ਦੀਆਂ ਹੋਰ ਜ਼ਬਾਨਾਂ ਦੀ ਲੋੜ ਵੀ ਪੜ੍ਹਾਓ, ਪਰ ਪੰਜਾਬ 'ਚ ਜਿਹੜੇ ਬੱਚੇ ਸਿੱਖਿਆ ਲੈ ਰਹੇ, ਚਾਹੇ ਉਹ ਸਰਕਾਰੀ ਸਕੂਲਾਂ 'ਚ ਲੈ ਰਿਹਾ ਚਾਹੇ ਗੈਰ ਸਰਕਾਰੀ ਸਕੂਲਾਂ 'ਚ ਰਹਿ, ਹਰ ਬੱਚੇ ਨੂੰ ਹਰ ਨੌਜਵਾਨ ਨੂੰ ਆਪਣੀ ਜ਼ਬਾਨ ਪੜ੍ਹਨੀ ਲਿਖਣੀ ਅਤੇ ਬੋਲਣੀ ਸਿਖਾਉਣੀ ਚਾਹੀਦੀ ਆ, ਔਰ ਉਹਦੇ ਵਿੱਚ ਉਸ ਜ਼ਬਾਨ ਪ੍ਰਤੀ ਬੱਚਿਆਂ ਦੇ ਵਿੱਚ ਜਿਹੜੀ ਮਾਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਆ, ਤਿਰਸਕਾਰ ਦੀ ਭਾਸ਼ਾ ਤਿਰਸਕਾਰ ਦੀ ਭਾਵਨਾ ਉਹਨਾਂ ਬੱਚਿਆਂ 'ਚ ਪੈਦਾ ਨਹੀਂ ਕੀਤੀ ਜਾਣੀ ਚਾਹੀਦੀ। ਜੇਕਰ ਇਸ ਦੇਸ਼ ਦੇ ਵਿੱਚ ਸਾਰੇ ਲੋਕਾਂ ਦਾ ਵਿਕਾਸ ਕਰਨਾ, ਜਿਹਨੂੰ ਡਾਕਟਰ ਮਨਮੋਹਨ ਸਿੰਘ ਕਹਿੰਦੇ ਸੀ ਇਨਕਲੂਸਿਵ ਡਿਵੈਲਪਮੈਂਟ ਕਰਨੀ ਆ, ਜਾਂ ਸਾਡੇ ਅੱਜ ਦੇ ਪ੍ਰਧਾਨ ਮੰਤਰੀ ਸਭ ਕਾ ਸਾਥ ਸਭ ਕਾ ਵਿਕਾਸ ਕਰਨ ਦਾ ਨਾਰਾ ਜੇ ਉਹਨੂੰ ਸਾਕਾਰ ਕਰਨਾ ਚਾਹੁੰਦੇ ਆ, ਤਾਂ ਲੋਕਾਂ ਨੂੰ ਸਿੱਖਿਆ ਪ੍ਰਸ਼ਾਸਨ 'ਤੇ ਨਿਆਂ ਉਹਨਾਂ ਦੀ ਜ਼ਬਾਨ 'ਚ ਮੁਹੱਈਆ ਕਰੋ, ਤਾਂ ਹੀ ਲੋਕ ਮੁੱਖ ਧਾਰਾ 'ਚ ਆਉਣਗੇ, ਤਾਂ ਹੀ ਲੋਕਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਏਗੀ, ਤਾਂ ਹੀ ਲੋਕ ਦੇਸ਼ 'ਚ ਮਰਨ ਦਾ ਜਜ਼ਬਾ ਪੈਦਾ ਹੋਏਗਾ। ਅਗਰ ਆਪਣੀਆਂ ਜ਼ਬਾਨਾਂ ਨਾਲੋਂ, ਆਪਣੀ ਜ਼ਮੀਨ ਨਾਲੋਂ, ਆਪਣੇ ਇਤਿਹਾਸ ਨਾਲੋਂ, ਆਪਣੇ ਸੱਭਿਆਚਾਰ ਨਾਲੋਂ ਲੋਕਾਂ ਨੂੰ ਤੋੜ ਕੇ ਰੱਖੋਗੇ, ਤਾਂ ਇਹ ਦੇਸ਼ ਦਾ ਨਾ ਵਿਕਾਸ ਹੋਣਾ, ਨਾ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋਣੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਤੁਹਾਡੀ ਠੀਕ ਗੱਲ ਹੈ। ਬਾਲੀ ਜੀ, ਇੱਕ ਵੱਖਰਾ ਟ੍ਰੈਂਡ ਦੇਖਣ ਨੂੰ ਮਿਲਦਾ ਪੰਜਾਬ ਦੇ ਵਿੱਚ। ਅਸੀਂ ਵੇਖਦੇ ਹਾਂ, ਤੁਸੀਂ ਜਲੰਧਰ ਤੋਂ, ਜਲੰਧਰ ਲੁਧਿਆਣਾ ਸਾਡੇ ਵੱਡੇ ਸ਼ਹਿਰਾਂ ਦੇ ਵਿੱਚ ਪਿੰਡਾਂ ਤੋਂ ਸਾਡੇ ਨੌਜਵਾਨ ਆਉਂਦੇ ਨੇ, ਆਇਲਸ ਦੀ ਟ੍ਰੇਨਿੰਗ ਕਰਦੇ ਨੇ, ਕੋਚਿੰਗ ਲੈਂਦੇ ਨੇ ਅਤੇ ਆਇਲਸ ਦਾ ਇਗਜ਼ਾਮ ਦਿੰਦੇ ਨੇ। ਬੜੀ ਕੋਸ਼ਿਸ਼ਾਂ ਕਰਦੇ ਨੇ ਕਿ ਅੰਗਰੇਜ਼ੀ ਦੇ 7-6 ਬੈਂਡ ਲੈ ਲਈਏ ਅਤੇ ਅਸੀਂ ਬਾਹਰ ਚੱਲ ਜਾਈਏ। ਇੰਨੀ ਕੋਸ਼ਿਸ਼ ਸਾਡੇ ਪੰਜਾਬੀ ਸਿੱਖਣ ਨੂੰ ਕਿਸੇ ਵੱਲੋਂ ਨਹੀਂ ਹੁੰਦੀ, ਜਿੰਨੀ ਕੋਸ਼ਿਸ਼ ਅੰਗਰੇਜ਼ੀ ਸਿੱਖਣ ਨੂੰ ਹੋ ਰਹੀ ਹੈ ਤਾਂ ਕਿ ਅਸੀਂ ਬਾਹਰ ਚੱਲ ਜਾਈਏ। ਇੱਕ ਵੱਖਰਾ ਟ੍ਰੈਂਡ ਹੈ ਉਹਦਾ, ਕੌਂਟਰਰੀ ਦੂਜੇ ਪਾਸੇ ਦੇਖਦੇ ਹਾਂ, ਵਿਦੇਸ਼ਾਂ 'ਚ ਜਿਹੜੇ ਸਾਡੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਬੱਚੇ ਸਾਡੇ ਨਾਲੋਂ ਚੰਗੀ ਪੰਜਾਬੀ ਬੋਲ ਰਹੇ ਨੇ, ਸਾਡੇ ਧੱਕੇ ਨਾਲ ਅੰਗਰੇਜ਼ੀ ਸਿੱਖ ਕੇ ਬਾਹਰ ਜਾਣਾ ਚਾਹੁੰਦੇ ਨੇ। ਅਸਲ 'ਚ ਵਾਲੀਆ ਸਾਹਿਬ, ਗੱਲ ਇੱਥੇ ਇਹੀ ਆ ਜਾਂਦੀ ਆ ਕਿ ਜਿਹੜੇ ਸਾਡੇ ਬੱਚੇ ਇੱਥੋਂ ਬਾਹਰ ਜਾਣਾ ਚਾਹੁੰਦੇ ਆ, ਉਹ ਇੱਥੋਂ ਦੇ ਹਾਲਾਤਾਂ ਤੋਂ ਤੰਗ ਹੋਏ ਬਾਹਰ ਜਾਣਾ ਚਾਹੁੰਦੇ ਆ, ਕਿਉਂਕਿ ਹਾਲਾਤ ਐਸੇ ਆ ਕਿ ਨਾ ਤਾਂ ਰੁਜ਼ਗਾਰ ਦੇ ਸਾਧਨ ਹੈਗੇ ਆ ਪ੍ਰੋਪਰ, ਨਾ ਹੀ ਉਹਨਾਂ ਦੇ ਕੋਲ ਐਸੇ ਮੌਕੇ ਆ ਕਿ ਉਹ ਆਪਣੇ ਕਾਰੋਬਾਰ, ਆਪਣੇ ਬਿਜ਼ਨਸ ਜਿਹੜੇ ਆ ਇੱਥੇ ਸੈਟਲ ਕਰ ਲੈਣ, ਉਹ ਉਹਨਾਂ ਦੀ ਮਜਬੂਰੀ ਆ। ਲੇਕਿਨ ਇਹਦੇ ਬਾਵਜੂਦ ਵੀ ਮੈਂ ਇਹ ਸੋਚਦਾ ਵੀ ਪੰਜਾਬ ਦੇ ਵਿੱਚ ਜਿਹੜਾ ਇੱਕ ਐਂਟੀ ਪੰਜਾਬੀ ਮਾਹੌਲ ਸੇਧਿਆ ਜਾਂਦਾ, ਇਹ ਸਭ ਕੁਝ ਇਸ ਗੱਲ ਦੇ ਲਈ ਦੋਸ਼ੀ ਆ, ਕਿਉਂਕਿ ਔਰ ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਆ ਉੱਥੇ ਜਾ ਕੇ ਉਹਨਾਂ ਦੀਆਂ ਜਿਹੜੀਆਂ ਤੰਗੀਆਂ ਆ ਉਹ ਬਹੁਤ ਜ਼ਿਆਦਾ ਨੇ, ਪਰ ਅਸੀਂ ਉਹਨਾਂ ਨੂੰ ਇਹ ਕਹਿ ਕੇ ਇੱਥੇ ਨਹੀਂ ਰੋਕ ਸਕਦੇ। ਅਸੀਂ ਤਾਂ ਇੱਥੇ ਰੋਕੀਏ ਜੇ ਸਾਡੀਆਂ ਸਰਕਾਰਾਂ ਨੇ ਇੱਥੇ ਸਾਡੇ ਕੋਲ ਸਫੀਸ਼ੀਐਂਟ ਸੋਰਸਿਸ ਡਿਵੈਲਪ ਕੀਤੇ ਹੋਣ ਕਿ ਉਹ ਉਹਨਾਂ ਬੱਚਿਆਂ ਦੇ ਲਈ ਰੁਜ਼ਗਾਰ ਹੋਵੇ, ਉਹਨਾਂ ਬੱਚਿਆਂ ਦੇ ਲਈ ਪੜ੍ਹਾਈ ਦੇ ਸਾਧਨ ਸੌਖੇ ਹੋਣ। ਇੱਥੇ ਅੱਜ ਦੀ ਡੇਟ 'ਚ ਪ੍ਰਾਈਵੇਟ ਸਕੂਲਾਂ, ਪ੍ਰਾਈਵੇਟ ਕਾਲਜਸ ਨੇ ਇੰਨੀਆਂ ਪੜ੍ਹਾਈ ਮਹਿੰਗੀ ਕੀਤੀ ਹੋਈ ਆ ਕਿ ਜੇ 50,000 ਰੁਪਈਏ ਇੱਕ ਪਰਿਵਾਰ ਦੀ ਆਮਦਨ ਆ ਤਦ ਵੀ ਉਹ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਨਹੀਂ ਦੇ ਸਕਦਾ। ਉਹਦੇ ਲਈ ਪੋਸੀਬਲ ਹੀ ਨਹੀਂ ਹੈ ਕਿ ਉਹ ਇੰਨੇ ਪੈਸੇ ਖਰਚ ਕੇ ਇੱਕ ਬੱਚੇ ਨੂੰ ਇੰਜੀਨੀਅਰਿੰਗ ਕਰਾ ਦੇਵੇ, ਇੱਕ ਬੱਚੇ ਨੂੰ ਡਾਕਟਰੀ ਕਰਾ ਦੇਵੇ। ਇਹ ਉਹਨਾਂ ਲਈ ਔਖੀ ਗੱਲ ਆ।
ਇਸ ਕਰਕੇ ਉਹ ਲੋਕ ਇਹ ਸੋਚਦੇ ਆ ਕਿ ਚਲੋ ਇੱਕ ਵਾਰੀ ਔਖੇ ਸੌਖੇ ਹੋ ਕੇ ਪੈਸਾ ਇਧਰੋਂ ਉਧਰੋਂ ਫੜ ਕੇ ਬੱਚੇ ਨੂੰ ਬਾਹਰ ਭੇਜੋ, ਬੱਚਾ ਉੱਥੇ ਸੈਟਲ ਹੋ ਕੇ ਕਮਾ ਲਏਗਾ ਤੇ ਕਮਾ ਕੇ ਕਰਜ਼ਾ ਲਾ ਦੇਗਾ। ਕਿਉਂਕਿ ਇੱਥੇ ਸਾਡੀਆਂ ਸਰਕਾਰਾਂ ਸਾਡੇ ਸਕੂਲ ਸਾਡੀ ਵਿੱਦਿਆ ਦੇ ਪ੍ਰਤੀ ਸੰਸੀਅਰ ਹੀ ਨਹੀਂ ਹੈਗੀ ਆ, ਉਹ ਇਹ ਗੱਲ ਸੋਚਦੇ ਨਹੀਂ ਹੈ ਕਿ ਜਿਸ ਬੰਦੇ ਦੀ ਜਿਹੜੀ ਆਮਦਨ ਆ ਉਹ 20-30 ਹਜ਼ਾਰ ਵੀ ਮਹੀਨੇ ਦੀ ਬਣਦੀ ਹੋਵੇ ਤਾਂ ਕਿਵੇਂ ਉਹ ਸਾਲ ਦਾ 2.5 ਲੱਖ ਰੁਪਏ ਇੱਕ ਬੱਚੇ ਦੀ ਪੜ੍ਹਾਈ 'ਤੇ ਖਰਚ ਕਰੇਗਾ। ਸੋ ਸਰਕਾਰੀ ਕਾਲਜ ਜਿਹੜੇ ਆ, ਸਰਕਾਰੀ ਸਕੂਲ ਆ, ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਇਸ ਤਰ੍ਹਾਂ ਦਾ ਹੈ ਨਹੀਂ ਕਿ ਉੱਥੇ ਬੱਚੇ ਪੜ੍ਹ ਸਕਣ, ਠੀਕ ਤਰੀਕੇ ਨਾਲ ਵਿੱਦਿਆ ਲੈ ਸਕਣ। ਇਸ ਕਰਕੇ ਉਹ ਸਭ ਲੋਕ ਇੱਥੋਂ ਬਾਹਰ ਜਾਂਦੇ ਆ, ਉਹਨਾਂ ਦੀ ਮਜਬੂਰੀ ਆ ਕਿ ਉਹਨਾਂ ਨੂੰ ਬਾਹਰ ਜਾਣਾ ਪੈਂਦਾ। ਇੱਥੇ ਤਾਂ ਕਿੰਨੇ ਕਿੰਨੇ ਸਾਲ ਹੋ ਗਏ ਸਰਕਾਰਾਂ ਐਸੇ ਸਾਧਨ ਹੀ ਨਹੀਂ ਪੈਦਾ ਕਰਦੀਆਂ। ਹੁਣ ਭਾਸ਼ਾ ਵਿਭਾਗ ਆ ਪੰਜਾਬ ਦਾ, ਉਹ ਬੰਦ ਹੋਣ ਦੇ ਕਿਨਾਰੇ ਆਇਆ ਹੋਇਆ। ਕਿੰਨਾ ਕਿੰਨੇ ਸਾਲ ਹੋ ਗਏ ਭਾਸ਼ਾ ਵਿਭਾਗ ਵੱਲੋਂ ਨਵੀਆਂ ਕਿਤਾਬਾਂ ਦਾ ਕੀ ਛਾਪਣੀਆਂ, ਛਾਪੀਆਂ ਹੋਈਆਂ ਕਿਤਾਬਾਂ ਜਿਹੜੀਆਂ ਆ ਉਹਨਾਂ ਦੇ ਵੀ ਦੁਆਰਾ ਐਡੀਸ਼ਨ ਨਹੀਂ ਛਾਪੇ ਜਾਂਦੇ। ਔਰ ਜਿਹੜਾ ਲਿੰਗੁਇਸਟਿਕ ਡਿਪਾਰਟਮੈਂਟ ਆ ਉਹੀ ਭਾਸ਼ਾ ਵਿਭਾਗ, ਸੋ ਉਹਨਾਂ ਨੂੰ ਚਾਹੀਦਾ ਕਿ ਉਹਦੀ ਹਾਲਤ ਮਜ਼ਬੂਤ ਕਰਨ। ਜਿਵੇਂ ਪਿੱਛੇ ਜਿਹੇ ਹਾਈ ਕੋਰਟ ਨੇ ਵੀ ਲਿਖਿਆ ਸੀਗਾ ਕਿ ਸਾਨੂੰ ਇੰਨੇ ਪੰਜਾਬੀ ਦੇ ਐਕਸਪਰਟ ਲੋੜ ਆ, ਬਿਲਕੁਲ, ਲੇਕਿਨ ਤੁਸੀਂ ਵੈਕੈਂਸੀ ਦਿਓ, ਪੈਦਾ ਕਰੋ ਤਾਂ ਕਿ ਪੰਜਾਬੀ ਜੇ ਰੁਜ਼ਗਾਰ ਜੁੜੇਗਾ ਪੰਜਾਬੀ ਦੇ ਨਾਲ ਤਾਂ ਪੰਜਾਬੀ ਬੱਚਿਆਂ ਦੇ ਵਿੱਚ ਚੇਤਨਾ ਆਏਗੀ, ਉਹਨਾਂ ਦਾ ਪੰਜਾਬੀ ਦੇ ਪ੍ਰਤੀ ਮੋਹ ਪੈਦਾ ਹੋਏਗਾ ਤੇ ਉਹ ਪੜ੍ਹ ਲਿਖ ਕੇ ਇੱਥੇ ਸੈਟਲ ਹੋਣਗੇ। ਜਿੱਥੋਂ ਤੱਕ ਵਿਦੇਸ਼ਾਂ ਦੀ ਗੱਲ ਆ, ਵਿਦੇਸ਼ ਵਿੱਚ ਜਾ ਕੇ ਵਿਅਕਤੀ ਨੂੰ ਆਪਣੀ ਮਿੱਟੀ ਨੂੰ ਦੂਰ ਜਾ ਕੇ ਆਪਣੀ ਮਿੱਟੀ ਪਿਆਰੀ ਲੱਗਦੀ ਆ, ਆਪਣਾ ਪੰਜਾਬ ਪਿਆਰਾ ਲੱਗਦਾ। ਉਹਨਾਂ ਲੋਕਾਂ ਦੇ ਮਨ 'ਚ ਦਰਦ ਆ, ਉਹ 20-30 ਕਿਲੋਮੀਟਰ ਦੂਰ ਬੱਚਿਆਂ ਨੂੰ ਲੈ ਜਾ ਕੇ ਪੰਜਾਬੀ ਸਿਖਾਉਂਦੇ ਆ, ਬਿਲਕੁਲ, ਕਿਉਂਕਿ ਉਹ ਚਾਹੁੰਦੇ ਆ ਕਿ ਆਪਣੀਆਂ ਰੂਟਸ ਜੜ੍ਹਾਂ ਦੇ ਨਾਲ ਜੁੜਿਆ ਜਾਵੇ। ਸਹੀ ਗੱਲ। ਲੇਕਿਨ ਮੇਰਾ ਸਾਰਾ ਜਿਹੜਾ ਗਿਲਾ ਆ ਉਹ ਇਸ ਗੱਲ ਨਾਲ ਹੀ ਆ ਕਿ ਸਰਕਾਰਾਂ ਨੇ ਕਦੀ ਇਸ ਮਸਲੇ ਨੂੰ ਗੰਭੀਰਤਾ ਨਹੀਂ ਲਿਆ। ਵਾਲੀਆ ਸਾਹਿਬ, ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਚਲ ਜਾਓ, ਤੁਹਾਨੂੰ ਦੁਕਾਨਾਂ ਦੇ ਲੱਗੇ ਬੋਰਡਾਂ ਦੇ ਪੰਜਾਬੀ ਨਹੀਂ ਦਿਖੇਗੀ। ਨਹੀਂ ਦਿਖੇਗੀ, ਬਿਲਕੁਲ ਠੀਕ ਗੱਲ ਹੈ ਤੁਹਾਡੀ। ਮੈਕਡੋਨਲਡ ਜਿਹੜਾ ਚਾਹੇ ਕੋਈ ਬਰਗਰ ਦੀ ਦੁਕਾਨ ਆ, ਚਾਹੇ ਕੋਈ ਚਾਹ ਦਾ ਖੋਖਾ ਆ, ਚਾਹੇ ਕੋਈ ਪੇਂਟ ਦੀ ਦੁਕਾਨ ਆ, ਚਾਹੇ ਕੋਈ ਡਾਕਟਰ ਦਾ, ਇੱਥੋਂ ਤੱਕ ਕਿ ਮੈਂ ਕਈ ਦੁਕਾਨਾਂ ਦੇਖੀਆਂ ਕਿ ਮੈਡੀਕਲ ਸਟੋਰ 'ਤੇ ਵੀ ਉਹਨਾਂ ਨੇ ਅੰਗਰੇਜ਼ੀ ਲਿਖੀ ਹੋਈ ਆ। ਮੈਂ ਸੋਚਦਾ ਸੀ ਵੀ ਜੇ ਕਿਸੇ ਵਿਅਕਤੀ ਨੂੰ ਐਮਰਜੈਂਸੀ 'ਚ ਦਵਾਈ ਦੀ ਲੋੜ ਹੋਵੇ, ਉਹਨੂੰ ਅੰਗਰੇਜ਼ੀ ਨਾ ਪੜ੍ਹਨੀ ਆਉਂਦੀ ਹੋਵੇ ਤਾਂ ਉਹਦੇ ਦਵਾਈ ਤੋਂ ਬਿਨਾਂ ਵਿਚਾਰਾ ਚੱਲ ਵਸੇਗਾ। ਸਰਕਾਰਾਂ ਨੂੰ ਚਾਹੀਦਾ ਕਿ ਜੇ ਤੁਹਾਡੇ ਰਾਜ ਦੇ ਅੰਦਰ, ਤੁਹਾਡੀਆਂ ਦੁਕਾਨਾਂ ਦੇ ਅੰਦਰ, ਦਫ਼ਤਰਾਂ ਦੇ ਉੱਤੇ ਪੰਜਾਬੀ ਲਿਖੀ ਨਹੀਂ ਹੈ ਤਾਂ ਪੰਜਾਬ ਕਿਸ ਗੱਲ ਨਾਲ ਕਹਿ ਦੋਗੇ ਤੁਸੀਂ? ਇਹ ਮਿੱਟੀ ਨੂੰ ਚੁੱਕ ਕੇ ਦੇਖ ਲਓ ਮੁੱਠ 'ਚ, ਤਾਂ ਇਹਦੇ 'ਚੋਂ ਪੰਜਾਬ ਤਾਂ ਨਹੀਂ ਬੋਲਦਾ, ਪੰਜਾਬ ਤਾਂ ਪੰਜਾਬੀ ਨਾਲ ਹੀ ਬੋਲਦਾ ਆ। ਐਗਜ਼ੈਕਟਲੀ, ਪੰਜਾਬ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਪ੍ਰਸਾਰ ਨਾਲ ਬੋਲਦਾ ਆ। ਠੀਕ ਹੈ। ਸੋ ਜ਼ਮੀਨਾਂ ਨਾਲ, ਬੈਂਕਾਂ ਨਾਲ, ਗੱਡੀਆਂ ਨਾਲ, ਘੜੀਆਂ ਨਾਲ, ਕੱਪੜਿਆਂ ਨਾਲ ਪੰਜਾਬ ਨਹੀਂ ਹੈ, ਪੰਜਾਬ ਪੰਜਾਬੀ ਸੱਭਿਆਚਾਰ ਦੇ ਨਾਲ ਆ, ਪੰਜਾਬ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਪ੍ਰਸਾਰ ਨਾਲ ਆ। ਸਾਡੇ ਸਾਰੇ ਮੰਤਰੀ, ਸਾਰੇ MLA, ਸਾਰੇ ਜਿਹੜੇ MP ਆ ਉਹ ਸਾਰੇ ਬਾਜ਼ਾਰਾਂ 'ਚ ਲੰਘਦੇ ਆ, ਪਰ ਉਹਨਾਂ ਨੂੰ ਕਦੀ ਕਿਸੇ ਦੁਕਾਨ 'ਚ ਇਸ ਗੱਲ ਦਾ ਦਿਮਾਗ 'ਚ ਨਹੀਂ ਆਇਆ ਵੀ ਆਓ ਕੋਈ ਐਸਾ ਕਾਨੂੰਨ ਬਣਾਈਏ ਕਿ ਹਰ ਬੋਰਡ ਦੇ ਉੱਤੇ ਅੰਗਰੇਜ਼ੀ, ਹਿੰਦੀ, ਪੰਜਾਬੀ ਤਿੰਨੇ ਜ਼ੁਬਾਨਾਂ ਲਿਖੀਆਂ ਹੋਣ, ਟ੍ਰਾਈ ਲੈਂਗੁਏਜ ਦਾ ਫਾਰਮੂਲਾ ਦਿਓ, ਹਰ ਬੋਰਡ ਦੇ ਉੱਪਰ ਪੰਜਾਬੀ ਹੋਵੇ। ਤੁਹਾਡੀ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਕੈਨੇਡਾ ਦੇ ਵਿੱਚ ਕਈ ਥਾਂ 'ਤੇ ਅਸੀਂ ਦੇਖਿਆ ਕਿ ਜਿਹੜੇ ਬੋਰਡਸ ਹੁੰਦੇ ਨੇ ਡਾਇਰੈਕਸ਼ਨਸ ਦੇ, ਉਹ ਅੱਜ ਪੰਜਾਬੀ 'ਚ ਵੀ ਲਿਖੇ ਹੈ। ਕਈ ਆਪਣੇ ਪੰਜਾਬੀਆਂ ਨੇ ਉਹ ਬੋਰਡ ਸਪੈਸ਼ਲੀ ਪੰਜਾਬੀ ਦੇ ਵੀ ਉੱਥੇ ਕੈਨੇਡਾ 'ਚ ਲਗਾ ਲਿੱਤੇ। ਪਰ ਇੱਥੇ ਤੁਸੀਂ ਪੰਜਾਬ ਦੀ ਜੇ ਗੱਲ ਕਰੋ ਤਾਂ ਤੁਸੀਂ ਚੰਡੀਗੜ੍ਹ 'ਚ ਬੈਠੇ ਹੋ, ਮੋਹਾਲੀ ਦੇ ਵਿੱਚ ਐਸੀ ਸੋਸਾਇਟੀਆਂ ਆ ਗਈਆਂ ਨੇ ਜਿਹੜੀ ਸੋਸਾਇਟੀਆਂ ਦੀ ਗਲੀਆਂ, ਸਟਰੀਟਸ ਜਿਹੜੀਆਂ ਨੇ ਉਹ ਫੋਰਨ ਦੀ ਸਟਰੀਟਸ ਦੇ ਨਾਮ 'ਤੇ ਨੇ। ਕੋਈ ਵਾਲ ਸਟਰੀਟ ਹੈ, ਕੋਈ ਜੇਮ ਸਟਰੀਟ ਹੈ, ਅਜਿਹੇ ਨਾਮ 'ਤੇ ਰੱਖ ਰਹੇ ਨੇ। ਪੰਜਾਬੀ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਹ ਵਾਲੀਆ ਸਾਹਿਬ, ਇਹੀ ਗੱਲ ਆ ਵੀ ਲੋਕਾਂ ਦੇ ਦਿਮਾਗ ਜਿਹੜੇ ਆ ਨਾ ਹਾਈਜੈਕ ਹੋ ਗਏ ਆ। ਲੋਕ ਇਸ ਤਰ੍ਹਾਂ ਸੋਚਦੇ ਆ ਕਿ ਅਸੀਂ ਢਾਬੇ 'ਤੇ ਜਾਣਾ ਤਾਂ ਪੰਜਾਬੀ ਬੋਲਣੀ ਆ, ਜੇ ਅਸੀਂ ਮੈਰੀਅਟ 'ਚ ਜਾਣਾ ਆ ਤਾਂ ਅਸੀਂ ਅੰਗਰੇਜ਼ੀ ਬੋਲਣੀ ਆ, ਬਿਲਕੁਲ, ਅਸੀਂ ਮੁਹੱਲੇ ਦੀ ਦੁਕਾਨ 'ਤੇ ਜਾਣਾ ਤਾਂ ਪੰਜਾਬੀ ਬੋਲਣੀ ਆ, ਮੌਲ 'ਚ ਜਾਣਾ ਤਾਂ ਅਸੀਂ ਹਿੰਦੀ ਜਾਂ ਅੰਗਰੇਜ਼ੀ ਬੋਲਣੀ ਆ, ਬਿਲਕੁਲ ਠੀਕ। ਸੋ ਇਹ ਇੱਕ ਸਾਡੇ ਲੋਕਾਂ ਦੀ ਬਿਮਾਰ ਮਾਨਸਿਕਤਾ ਆ। ਅਸੀਂ ਇਸ ਮਾਨਸਿਕਤਾ ਤੋਂ ਬਾਹਰ ਨਿਕਲੀਏ, ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਪ੍ਰਤੀ ਉਹਨਾਂ ਦਾ ਸਤਿਕਾਰ ਪੈਦਾ ਕਰੀਏ, ਭਾਸ਼ਾ ਪ੍ਰਤੀ ਸਤਿਕਾਰ ਪੈਦਾ ਕਰੀਏ, ਤਾਂ ਹੀ ਸਾਨੂੰ ਆਲੇ ਦੁਆਲੇ ਪੰਜਾਬੀਅਤ ਵਾਲਾ ਮਾਹੌਲ ਵੇਖਣ ਨੂੰ ਮਿਲੇਗਾ। ਰਾਈਟ ਬਾਲੀਆ ਜੀ, ਮੈਂ ਬਾਲੀ ਸਾਹਿਬ ਦੀ ਗੱਲ ਨੂੰ ਥੋੜ੍ਹਾ ਅੱਗੇ ਵਧਾਉਣਾ ਜੀ। ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਜੀ, ਕੈਨੇਡਾ ਦੇ ਵਿੱਚ ਇੱਕ ਫ੍ਰੈਂਚ ਭਾਸ਼ਾ ਵਾਲੇ ਲੋਕਾਂ ਦਾ ਸੂਬਾ ਕਿਊਬਕ, ਤੁਸੀਂ ਵੀ ਉਹਦੇ ਬਾਰੇ ਜਾਣਦੇ ਜੀ, ਕਿਊਬਕ ਕਨੇ ਸਾਰੇ ਕੈਨੇਡਾ ਦੇ ਵਿੱਚ ਅੰਗਰੇਜ਼ੀ
ਬੋਲੀ ਜਾਂਦੀ ਆ, ਕੌਮੀ ਪੱਧਰ ਤੇ ਵੀ ਉੱਥੇ ਵੀ ਅੰਗਰੇਜ਼ੀ ਚੱਲਦੀ ਹੈ, ਕਿਊਬਕ ਦੇ ਵਿੱਚ ਫ੍ਰੈਂਚ ਭਾਸ਼ਾ ਚੱਲਦੀ ਹੈ। ਉਹਨਾਂ ਨੇ ਉੱਥੇ ਦੀ ਵਿਧਾਨ ਸਭਾ ਨੇ ਕੁਝ ਸਾਲ ਪਹਿਲਾਂ ਇੱਕ ਬਿੱਲ ਨੰਬਰ 101 ਪਾਸ ਕੀਤਾ ਸੀ ਉੱਥੇ ਦੀ ਵਿਧਾਨ ਸਭਾ ਨੇ, ਉਹਦੇ ਨਾਲ ਇਹ ਨਿਸ਼ਚਿਤ ਕੀਤਾ ਗਿਆ ਕਿ ਸਿੱਖਿਆ ਪ੍ਰਸ਼ਾਸਨ ਨਿਆਂ 'ਚ ਫ੍ਰੈਂਚ ਭਾਸ਼ਾ ਨੂੰ ਉਹਦਾ ਬਣਦਾ ਸਥਾਨ ਦਿੱਤਾ ਜਾਏਗਾ ਔਰ ਸਾਰੇ ਸਰਕਾਰੀ ਗੈਰ ਸਰਕਾਰੀ ਬੋਰਡਾਂ 'ਤੇ ਜਿਹੜੀ ਫ੍ਰੈਂਚ ਭਾਸ਼ਾ ਲਿਖੀ ਜਾਏਗੀ। ਸਾਡੀ ਪੰਜਾਬ ਦੀ ਸਰਕਾਰ ਨੂੰ ਜਿਹੜੀ ਕਿਊਬਕ ਅਸੈਂਬਲੀ ਦਾ ਬਿੱਲ ਨੰਬਰ 101 ਪੜ੍ਹਨਾ ਚਾਹੀਦਾ ਤੇ ਉਹਦੀ ਰੋਸ਼ਨੀ 'ਚ ਪੰਜਾਬ 'ਚ ਕਾਨੂੰਨ ਲਿਆਉਣਾ ਚਾਹੀਦਾ ਜਿਹਦੇ ਵਿੱਚ ਸਾਰੇ ਸਰਕਾਰੀ ਗੈਰ ਸਰਕਾਰੀ ਬੋਰਡਾਂ ਦੇ ਉੱਤੇ ਸਭ ਤੋਂ ਪਹਿਲਾਂ ਪੰਜਾਬੀ ਲਿਖਣੀ ਯਕੀਨੀ ਬਣਾਈ ਜਾਏ ਔਰ ਸਿੱਖਿਆ ਪ੍ਰਸ਼ਾਸਨ ਅਤੇ ਨਿਆਂ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਜ਼ਬਾਨਾਂ 'ਚ ਦਿੱਤਾ ਜਾਏ। ਜਿਹੜਾ ਸਾਡਾ 2008 ਦਾ ਕਾਨੂੰਨ ਬਣਿਆ ਜਿਹੜਾ ਸੋਧ ਕੇ ਉਹਦੇ ਵਿੱਚ ਵੀ ਵਿਵਸਥਾ ਕੀਤੀ ਗਈ ਸੀ ਕਿ ਜ਼ਿਲ੍ਹਾ ਪੱਧਰ ਤੱਕ ਨਿਆਂਪਾਲਿਕਾ ਪੰਜਾਬੀ 'ਚ ਕੰਮ ਕਰੇਗੀ, ਪਰ ਸਾਡੀ ਪੰਜਾਬ ਸਰਕਾਰ ਨੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਅਤੇ ਹੁਣ ਕਾਂਗਰਸ ਸਰਕਾਰ ਨੇ ਹਾਈ ਕੋਰਟ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਸੀਗੀਆਂ ਕਿ ਸਾਨੂੰ ਜ਼ਰੂਰੀ ਅਮਲਾ ਅਤੇ ਸਾਧਨ ਮੁਹੱਈਆ ਕਰੋ ਤਾਂ ਅਸੀਂ ਜ਼ਿਲ੍ਹਾ ਪੱਧਰ ਤੱਕ ਅਦਾਲਤਾਂ ਪੰਜਾਬੀ 'ਚ ਕਰ ਸਕਦੇ ਹਾਂ, ਪਰ ਸਾਡੀਆਂ ਸਰਕਾਰਾਂ ਨੇ ਅੱਜ ਤੱਕ ਉਹਨਾਂ ਚਿੱਠੀਆਂ ਦਾ ਕੋਈ ਜਵਾਬ ਤੱਕ ਨਹੀਂ ਦਿੱਤਾ, ਜਵਾਬ ਨਹੀਂ ਦਿੱਤਾ। ਸੋ ਅਸੀਂ ਲੋਕਾਂ 'ਤੇ ਦੋਸ਼ ਨਾ ਲਾਈਏ, ਜੇ ਬੱਚੇ ਅੱਜ ਆਈਲੈਟਸ ਕਰਦੇ ਆ, ਨੌਜਵਾਨ ਆਈਲੈਟਸ ਕਰਕੇ ਬਾਹਰ ਜਾਣ ਲਈ ਮਜਬੂਰ ਆ, ਤਾਂ ਇਹਦੇ ਲਈ ਸਾਡੇ ਸਿਆਸਤਦਾਨਾਂ ਦੀ ਅਸਫਲਤਾ ਹੈ ਜਿਹੜੇ 70 ਸਾਲਾਂ 'ਚ ਲੋਕਾਂ ਲਈ ਰੋਟੀ ਰੋਜ਼ੀ ਦਾ ਪ੍ਰਬੰਧ ਨਹੀਂ ਕਰ ਸਕੇ ਤੇ ਲੋਕ ਇੱਥੋਂ ਉੱਜੜਨ ਲਈ ਮਜਬੂਰ ਹੈ। ਮਜਬੂਰ ਹੈ ਦੇਖੋ, ਪਰ ਦੇਖੋ ਕਿੰਨੀ ਇਤਫਾਕ ਦੀ ਗੱਲ ਹੈ ਅਤੇ ਕਿੰਨੀ ਸਟ੍ਰੇਂਜ ਗੱਲ ਲੱਗਦੀ ਮੈਨੂੰ ਇਹ ਜਿਹੜੀ ਤੁਸੀਂ ਗੱਲ ਕਹੀ ਕਿ ਸਾਨੂੰ ਹੁਣ ਕੈਨੇਡਾ ਦੇ ਪ੍ਰੋਵਿੰਸ ਉੱਥੇ ਦੀ ਸਰਕਾਰਾਂ ਤੋਂ ਦੇਖੋ ਸਿੱਖਣ ਦੀ ਲੋੜ ਹੈ। ਸਾਡੀ ਭਾਸ਼ਾ ਸਾਨੂੰ ਹੀ ਨਹੀਂ ਪਤਾ ਸਾਡੀ ਭਾਸ਼ਾ ਨਾਲ ਅਸੀਂ ਕੀ ਕਰਨਾ, ਸਾਨੂੰ ਸਾਡੇ ਉੱਥੇ ਵਸਦੇ ਪੰਜਾਬੀਆਂ ਨੇ ਅਜਿਹੇ ਮੁਕਾਮ ਹਾਸਿਲ ਕੀਤੇ, ਉੱਥੇ ਇੱਕ ਨਵੇਂ ਸਟੈਂਡਰਡ ਜਿਹੜੇ ਹੈ ਸਥਾਪਿਤ ਕੀਤੇ ਹੈ, ਬੈਂਚ ਮਾਰਕ ਸਟੈਂਡਰਡ ਸਥਾਪਿਤ ਕੀਤੇ, ਸਾਨੂੰ ਉਹਨਾਂ ਤੋਂ ਹੁਣ ਸਿੱਖਣ ਦੀ ਲੋੜ ਪੈ ਰਹੀ ਹੈ। ਬੁਲੇਰੀਆ ਜੀ, ਡੋਲੀ ਜੀ, ਤੁਸੀਂ ਕਿਵੇਂ ਵੇਖਦੇ ਹੋ ਪੰਜਾਬੀ ਇੰਡਸਟਰੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੇ ਵਿੱਚ, ਕਿਉਂਕਿ ਅਸੀਂ ਦੇਖਿਆ ਕਾਫੀ ਰੀਸੈਂਟਲੀ ਜਿਹੜੇ ਪੰਜਾਬੀ ਗਾਣੇ ਆ ਰਹੇ ਨੇ, ਜਿਹੜਾ ਅੱਜ ਜਿਹੜਾ ਸਾਡਾ ਯੂਥ ਹੈ ਇਸ ਦੇ ਵੱਲ ਜਾ ਰਿਹਾ, ਕਿਤੇ ਨਾ ਕਿਤੇ ਲੱਗਦਾ ਥੋੜ੍ਹਾ ਜਿਹਾ ਜੋੜ ਕੇ ਰੱਖਣ 'ਚ ਤਾਂ ਕਾਮਯਾਬ ਹੋ ਰਿਹਾ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀਅਤ ਨੂੰ ਵਿਸਾਰਿਆ ਜਾ ਰਿਹਾ। ਹਾਂ, ਸਾਡੀ ਜਿਹੜੀ ਜ਼ਬਾਨ ਹੈ ਅਸੀਂ ਹਮੇਸ਼ਾ ਫੋਲੋ ਕਰਦੇ ਰਹੇ ਹਾਂ ਅੰਗਰੇਜ਼ਾਂ ਨੂੰ ਜੀ, ਪਤਾ ਨਹੀਂ ਉਹ ਸਾਡੀ ਸਲੇਵਰੀ ਜਿਹੜੀ ਗੁਲਾਮੀ ਦੀ ਦਹਿਸ਼ਤ ਸਾਡੇ ਦਿਮਾਗ 'ਤੇ ਛਾਈ ਹੋਈ ਹੈ ਉਹ ਜਾਂਦੀ ਕਿਉਂ ਨਹੀਂ। ਹਰ ਗੱਲ ਦੇ ਵਿੱਚ ਅਸੀਂ ਫੈਸ਼ਨ ਬਣਾ ਲਿਆ ਕਿ ਅਸੀਂ ਅੰਗਰੇਜ਼ੀ ਬੋਲਣੀ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆਪਣੀ ਭਾਸ਼ਾ ਤੋਂ ਵੱਧ ਤੁਸੀਂ ਆਪਣੇ ਜਜ਼ਬਾਤ ਨੂੰ ਕਿਵੇਂ ਐਕਸਪ੍ਰੈਸ ਕਰ ਸਕਦੇ ਹੋ। ਜੋ ਤੁਸੀਂ ਆਪਣੀ ਜ਼ਬਾਨ ਬੋਲ ਕੇ ਆਪਣੇ ਦਿਲ ਦਾ ਦਰਦ, ਆਪਣੇ ਦਿਲ ਦੀਆਂ ਫੀਲਿੰਗਸ ਨੂੰ ਬਿਆਨ ਕਰ ਸਕਦੇ ਹੋ, ਉਹ ਹੋਰ ਕਿਸੇ ਜ਼ਬਾਨ ਦੇ ਵਿੱਚ ਨਹੀਂ ਹੋ ਸਕਦੀਆਂ। ਬਿਲਕੁਲ ਠੀਕ। ਪੰਜਾਬੀ ਦੇ ਐਸੇ ਐਸੇ ਫਿਕਰੇ ਹੁੰਦੇ ਨੇ ਜਿਹੜੇ ਕਿ ਅੰਗਰੇਜ਼ੀ ਦੇ ਵਿੱਚ ਜਿਨ੍ਹਾਂ ਦੀ ਤਰਜਮਾਨੀ ਹੋ ਹੀ ਨਹੀਂ ਸਕਦੀ, ਉਹ ਅਸੀਂ ਆਪਣੀ ਜ਼ਬਾਨ ਦੇ ਵਿੱਚ ਹੀ ਕਰ ਸਕਦੇ ਹਾਂ। ਸੋ ਪੰਜਾਬੀਆਂ ਦਾ ਮੈਂ ਸਮਝਦੀ ਹਾਂ ਉਹਨਾਂ ਦਾ ਬਿਲਕੁਲ ਫਰਜ਼ ਬਣਦਾ ਕਿ ਆਪਣੀ ਪੰਜਾਬੀ ਭਾਸ਼ਾ ਨੂੰ ਹਰ ਪੰਜਾਬੀ ਸਾਂਭ ਕੇ ਰੱਖੇ। ਇਹ ਕੋਈ ਫੈਸ਼ਨ ਦੀ ਗੱਲ ਨਹੀਂ ਹੈ, ਇਹ ਕੋਈ ਟ੍ਰੈਂਡ ਦੀ ਗੱਲ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਦਿੱਤਾ, ਆਪ ਅੰਗਰੇਜ਼ੀ ਬੋਲਣ ਲੱਗੇ, ਇਹਦੇ ਵਿੱਚ ਤੁਹਾਡੀ ਕੋਈ ਸ਼ਾਨ ਵੱਧ ਜਾਣੀ ਹੈ, ਬਿਲਕੁਲ ਨਹੀਂ। ਤੁਹਾਨੂੰ ਆਪਣੇ ਵਿਰਸੇ ਨੂੰ, ਆਪਣੇ ਸੱਭਿਆਚਾਰ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਮੈਂ ਸੁਣਿਆ ਮਾਨਕ ਸਾਹਿਬ ਨੂੰ, ਬਾਲੀ ਨੂੰ ਕਿ ਕੈਨੇਡਾ ਦੇ ਵਿੱਚ ਪੰਜਾਬੀਅਤ ਨੂੰ ਕਿਵੇਂ ਸਨਮਾਨ ਦਿੱਤਾ ਜਾ ਰਿਹਾ ਹੈ, ਬੜੀ ਖੁਸ਼ੀ ਹੁੰਦੀ ਹੈ। ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਪੰਜਾਬੀ ਔਰ ਬੱਚੇ ਇੰਨੀ ਸੋਹਣੀ ਪੰਜਾਬੀ ਬੋਲਦੇ ਨੇ। ਅੰਗਰੇਜ਼ੀ ਬੋਲਦੇ ਨੇ ਜਦੋਂ ਅੰਗਰੇਜ਼ੀ ਵੀ ਬੜੀ ਖੂਬਸੂਰਤ ਬੋਲਦੇ ਨੇ, ਪਰ ਜਦੋਂ ਪੰਜਾਬੀ ਬੋਲਦੇ ਨੇ ਉਹ ਬਿਲਕੁਲ ਠੇਠ ਪੰਜਾਬੀ ਬੋਲਦੇ ਨੇ। ਵਾਰਤਾਲਾਪ ਕਰਾਂਗੇ ਸਕੂਲਾਂ ਕਾਲਜਾਂ ਦੇ ਵਿੱਚ, ਇਹ ਇੱਕ ਨੈਸੈਸਰੀ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਨੂੰ ਕਿ ਪੰਜਾਬੀ ਪੰਜਾਬ ਦੇ ਵਿੱਚ ਲਾਜ਼ਮੀ ਹੈ। ਸੋ ਇਹ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਹੈ ਕਿ ਆਪਣੀ ਭਾਸ਼ਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ ਕੇ ਰੱਖੀਏ। ਮੈਂ ਸਤਨਾਮ ਜੀ ਦੀ ਗੀਤਾਂ ਦੀ ਗੱਲ ਤੁਸੀਂ ਕੀਤੀ ਸੀ ਰੱਖਦਾ ਹਾਂ ਵਾਲਿਆ ਜੀ ਜੀ, ਮੈਂ ਮੈਨੂੰ ਤੁਹਾਡੀ ਗੱਲ ਤੋਂ ਕਹਿ ਰਹੇ ਸੀ ਵਾਲਿਆ। ਹਾਂਜੀ, ਮੈਨੂੰ ਇੱਕ ਗੱਲ ਯਾਦ ਆ ਗਈ, ਤੁਸੀਂ ਕਿਹਾ ਕਿ ਜਦੋਂ ਬਾਹਰ ਦੇ ਬੱਚੇ ਪੰਜਾਬੀ ਬੋਲਦੇ ਕਿੰਨਾ ਚੰਗਾ ਲੱਗਦਾ ਦਿਲ ਨੂੰ ਕਿ ਉਹ ਇੰਨੀ ਠੇਠ ਪੰਜਾਬੀ ਬੋਲ ਰਹੇ ਆ। ਅਗਰ ਮੈਂ ਦਿੱਲੀ ਦੀ ਗੱਲ ਕਰਾਂ, ਦਿੱਲੀ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਨੇ ਉਹ ਹਿੰਦੀ 'ਚ ਗੱਲ ਕਰਦੇ ਨੇ। ਸਪੋਜ਼ ਮੈਂ ਦਿੱਲੀ ਦੀ ਮੈਟਰੋ 'ਚ ਅਗਰ ਜਾ ਰਿਹਾ, ਤੁਹਾਨੂੰ ਛੋਟਾ ਇੰਸੀਡੈਂਟ ਦੱਸ ਰਿਹਾ, ਅਗਰ ਮੈਂ ਪੰਜਾਬੀ 'ਚ ਗੱਲ ਕਰ ਰਿਹਾ, ਪੰਜਾਬ ਤੋਂ ਫੋਨ ਆਇਆ, ਮੈਂ ਕਿਸੇ ਨਾਲ ਗੱਲਬਾਤ ਪੰਜਾਬੀ 'ਚ ਕਰ ਰਿਹਾ, ਤਾਂ ਇੱਥੇ ਦੇ ਪੰਜਾਬੀ ਜਿਹੜੇ ਮੇਰੇ ਵੱਲ ਇਸ ਤਰ੍ਹਾਂ ਦੇਖਦੇ, ਪਤਾ ਨਹੀਂ ਮੈਂ ਕਿਹੜੀ ਅਲੱਗ ਭਾਸ਼ਾ 'ਚ ਗੱਲ ਕਰ ਰਿਹਾ, ਮਤਲਬ ਕਿ ਉਹ ਵੀ ਹੈ ਪੰਜਾਬੀ ਨੇ, ਸਿੱਖ ਨੇ, ਸਰਦਾਰ ਨੇ, ਪਰ ਗੱਲ ਹਿੰਦੀ 'ਚ ਕਰਦੇ ਆ।
ਤੇ ਅਗਰ ਮੈਂ ਪੰਜਾਬੀ 'ਚ ਗੱਲ ਕਰ ਲਈ ਤੇ ਸਾਰੇ ਮੁੜ ਕੇ ਇਸ ਤਰ੍ਹਾਂ ਦੇਖਣਗੇ ਕਿ ਪਤਾ ਨਹੀਂ ਮੈਂ ਕਿਹੜੀ ਭਾਸ਼ਾ 'ਚ ਗੱਲ ਕਰ ਲਈ ਹੈ, ਗੁਨਾਹ ਕਰ ਲਿਆ, ਮਤਲਬ ਕਿ ਇੰਨਾ ਅਜੀਬ ਲੱਗਦਾ ਲੋਕਾਂ ਨੂੰ ਇਸੇ ਕਰਕੇ, ਮਤਲਬ ਇਸੀ ਮੈਂ ਸੋਚਿਆ ਕਿ ਚਰਚਾ ਰੱਖਣੀ ਜ਼ਰੂਰੀ ਹੈ। ਬਾਲੀ ਜੀ, ਤੁਸੀਂ ਇਤਫਾਕ ਰੱਖਦੇ ਹੋ ਕਿ ਆਪਣੇ ਚੈਲੰਜ ਜਿਹੜਾ ਆਪਣੇ ਸਭ ਤੋਂ ਵੱਡਾ, ਬਾਹਰ ਤਾਂ ਅਸੀਂ ਨਜਿੱਠ ਲਾਂਗੇ, ਚੈਲੰਜ ਆਪਣਾ ਸਭ ਤੋਂ ਵੱਡਾ। ਵਾਲੀਆ ਸਾਹਿਬ, ਇੱਕ ਹੋਰ ਜਿਹੜੀ ਚੀਜ਼, ਜਿਵੇਂ ਆਪਾਂ ਵੱਖ ਵੱਖ ਵਿਸ਼ਾ ਤੇ ਇਸ ਤੇ ਚਰਚਾ ਕਰ ਰਹੇ ਹਾਂ, ਲੇਕਿਨ ਇੱਕ ਚੀਜ਼ ਹੋਰ ਜਿਹੜੀ ਮੈਨੂੰ ਬਹੁਤ ਮਹਿਸੂਸ ਹੁੰਦੀ ਆ ਕਿ ਜਦੋਂ ਆਪਾਂ ਪੰਜਾਬੀ ਨੂੰ ਧਰਮਾਂ ਨਾਲ ਜੋੜਦੇ ਹਾਂ, ਜਦੋਂ ਆਪਾਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਜਦੋਂ ਹਿੰਦੂ ਇਹ ਸੋਚੇ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਆ, ਤਾਂ ਮੇਰੇ ਖਿਆਲ ਆ ਇਦੋਂ ਵੱਡਾ ਇਸ ਪੰਜਾਬ ਨਾਲ ਧਰੋਹ ਕੋਈ ਹੋ ਨਹੀਂ ਸਕਦਾ। ਪੰਜਾਬੀ ਕਿਸੇ ਧਰਮ ਕਿਸੇ ਜਾਤ ਨਾਲ ਜੋੜਨ ਦਾ ਕੋਈ ਅਰਥ ਨਹੀਂ ਹੈ। ਪੰਜਾਬੀ ਇਸ ਖਿੱਤੇ 'ਚ ਵਸਣ ਵਾਲੇ ਸਾਰੇ ਲੋਕਾਂ ਦੀ ਬੋਲੀ ਆ। ਮੈਂ ਪੰਜਾਬੀ ਹਾਂ, ਮੈਂ ਹਿੰਦੂ ਹਾਂ, ਮੇਰੀ ਕੋਈ ਵੀ ਜਾਤ ਹੋ ਸਕਦੀ ਆ, ਲੇਕਿਨ ਮੈਂ ਪੰਜਾਬੀ ਨੂੰ ਹਰ ਇੱਕ ਸਿੱਖ ਮੁਸਲਿਮ ਈਸਾਈ ਨਾਲੋਂ ਵੱਧ ਪਿਆਰ ਕਰਦਾ। ਮੇਰਾ ਆਪਣਾ ਚੈਲੰਜ ਆ ਕਿ ਮੇਰਾ ਪਿਆਰ ਆ, ਜਿਹੜਾ ਵੀ ਵਿਅਕਤੀ ਪੰਜਾਬੀ ਨੂੰ ਧਰਮ ਨਾਲ ਜੋੜਦਾ ਆ ਉਹ ਪੰਜਾਬੀ ਦਾ ਸਭ ਤੋਂ ਵੱਡਾ ਦੁਖੀ ਆ। ਉਹ ਪੰਜਾਬੀ ਦਾ ਵਿਕਾਸ ਨਹੀਂ ਕਰ ਰਿਹਾ, ਉਹ ਪੰਜਾਬੀ ਦਾ ਵਿਨਾਸ਼ ਕਰ ਰਿਹਾ, ਪੰਜਾਬੀ ਨੂੰ ਤੋੜ ਰਿਹਾ, ਪੰਜਾਬੀ ਨੂੰ ਛੋਟਾ ਕਰ ਰਿਹਾ। ਪੰਜਾਬੀ ਆਪਣੀ ਬੁੱਕਲ 'ਚ ਹਰ ਧਰਮ ਹਰ ਜਾਤ ਨੂੰ ਲੁਕੋ ਕੇ, ਔਰ ਵੱਡੀ ਗੱਲ ਆ ਕਿ ਜੇ ਅਸੀਂ ਪੰਜਾਬ ਨੂੰ ਸਾਂਝਿਆਂ ਰੱਖਣਾ, ਪੰਜਾਬੀਆਂ ਦੇ ਆਪਸ ਵਿੱਚ ਪਿਆਰ ਪੈਦਾ ਕਰਨਾ ਆ, ਤਾਂ ਸਾਡੇ ਕੋਲ ਇੱਕੋ ਇੱਕ ਚੀਜ਼ ਸਾਂਝੀ ਐਸੀ ਆ ਜਿਹਨੂੰ ਹਿੰਦੂ ਮੁਸਲਿਮ ਸਿੱਖ ਈਸਾਈ ਚਾਰੇ ਧਰਮਾਂ ਦੇ ਲੋਕ ਆਪਣਾ ਕਹਿ ਸਕਦੇ ਆ। ਬਿਲਕੁਲ, ਸਾਡੀ ਭਾਸ਼ਾ ਆ, ਸਾਡੀ ਭਾਸ਼ਾ, ਸਾਡੀ ਜ਼ੁਬਾਨ ਆ, ਕਿ ਮੇਰਾ ਊੜਾ ਵੀ ਉਸੇ ਤਰ੍ਹਾਂ ਆਵਾਜ਼ ਦਿੰਦਾ ਜਿਸ ਤਰ੍ਹਾਂ ਵਾਲੀਆ ਸਾਹਿਬ ਤੁਹਾਡਾ ਦਿੰਦਾ, ਜਿਸ ਤਰ੍ਹਾਂ ਮਾਣਕ ਸਾਹਿਬ ਦਾ ਦਿੰਦਾ, ਜਿਵੇਂ ਡੋਲੀ ਗੁਲੇਰੀਆ ਜੀ ਕਹਿ ਰਹੇ ਆ। ਹੋ ਸਕਦਾ ਇੱਕ ਮੁਸਲਿਮ ਭਾਈ ਜਾਂ ਇੱਕ ਈਸਾਈ ਸਾਡੇ ਦੋਨਾਂ ਤੋਂ ਬਿਹਤਰ ਪੰਜਾਬੀ ਬੋਲਦਾ ਹੋਵੇ। ਬਿਲਕੁਲ, ਸੋ ਪੰਜਾਬੀ ਪੰਜਾਬੀਆਂ ਨੂੰ ਜੋੜਨ ਦਾ ਇੱਕ ਵੱਡਾ ਤਰੀਕਾ ਆ। ਸਰਕਾਰਾਂ ਨੂੰ ਚਾਹੀਦਾ ਕਿ ਐਸੀਆਂ ਚੀਜ਼ਾਂ ਦਾ ਪ੍ਰਚਾਰ ਕਰਨ ਜਿਹੜੀਆਂ ਚੀਜ਼ਾਂ ਸੋਸਾਇਟੀ ਨੂੰ ਇਕੱਠਿਆਂ ਕਰਨ। ਇਹੀ ਜਾਣਨਾ ਚਾਹੁੰਦਾ, ਇਹੀ ਜਾਣਨਾ ਚਾਹੁੰਦਾ। ਤੁਸੀਂ ਜਿਹੜੀ ਬੜੀ ਵਧੀਆ ਗੱਲ ਕੀਤੀ, ਕਿਵੇਂ ਜਿਹੜੀ ਪੰਜਾਬੀ ਮਾਂ ਬੋਲੀ ਦਿਵਸ ਜਿਹੜਾ ਹੁਣ 21 ਤਰੀਕ ਨੂੰ ਆ ਰਿਹਾ, ਉਸਦੀ ਚੇਤਨਾ ਕਿਵੇਂ ਆਏਗੀ? ਮਾਣਕ ਸਾਹਿਬ, ਬਹੁਤ ਘੱਟ ਸਮਾਂ ਮੇਰੇ ਕੋਲ ਰਹਿ ਗਿਆ, ਕਿਸ ਤਰ੍ਹਾਂ ਆਪਾਂ ਚੇਤਨਾ ਕਿਵੇਂ ਲਿਆਵਾਂਗੇ? ਤੁਸੀਂ ਚੇਤਨਾ ਮਾਰਚ ਵੀ ਨਿਕਾਲਦੇ ਹੋ, ਇੰਨਾ ਵੱਡਾ ਉਪਰਾਲਾ ਕਰਦੇ ਹੋ, ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਬਾਲੀ ਜੀ, ਡੋਲੀ ਜੀ, ਇੰਨਾ ਵੱਡਾ ਕੰਮ ਕਰ ਰਹੇ ਹੋ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਸਾਡੀ ਭਾਸ਼ਾ ਸਾਡੀ ਮਾਂ ਬੋਲੀ ਨੂੰ ਭੁੱਲਣ ਨਾ। ਪਰ ਇਹ ਹੋਏਗਾ ਕਿਵੇਂ? ਵੈਰੀ ਸ਼ੋਰਟਲੀ, ਮੇਰੇ ਕੋਲ ਟਾਈਮ ਬਹੁਤ ਘੱਟ ਹੈ। ਅੱਛਾ ਵਾਲੀਆ ਜੀ, ਉਹਦੇ 'ਚ ਗੱਲ ਇਹ ਆ ਕਿ ਇਹ ਥੋੜ੍ਹਾ ਜਿਹਾ ਦੱਸਣਾ ਜ਼ਰੂਰੀ ਆ ਕਿ ਜਿਹੜਾ 21 ਫਰਵਰੀ ਦਾ ਦਿਨ ਕੌਮਾਂਤਰੀ ਪੱਧਰ 'ਤੇ ਲੋਕ ਆਪਣੀਆਂ ਮਾਂ ਬੋਲੀਆਂ ਦੇ ਦਿਨ ਦੇ ਤੌਰ 'ਤੇ ਮਨਾਉਂਦੇ ਆ, ਇਹ ਦਿਨ ਸਾਡੇ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਦੇਣ ਹੈ। ਜਦੋਂ 1947 'ਚ ਪਾਕਿਸਤਾਨ ਬਣਿਆ, ਪਾਕਿਸਤਾਨ ਦੇ ਦੋ ਹਿੱਸੇ ਸੀ, ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ। ਪਾਕਿਸਤਾਨ ਨੇ ਆਪਣੀ ਕੌਮੀ ਜ਼ਬਾਨ ਜਿਹੜੀ ਆ ਉਰਦੂ ਬਣਾ ਲਈ ਸੀ, ਤੇ ਜਿਹੜੇ ਪੂਰਬੀ ਪਾਕਿਸਤਾਨ ਦੇ ਲੋਕ ਸੀਗੇ ਜਿਹਨਾਂ ਨੂੰ ਜਿਹੜੇ ਅੱਜ ਬੰਗਲਾਦੇਸ਼ ਹੈ, ਉਹਨਾਂ ਦੀ ਭਾਸ਼ਾ ਬੰਗਲਾ ਸੀ। ਉਹਨਾਂ ਨੇ ਅੰਦੋਲਨ ਇੱਕ ਲੜਿਆ ਸੀ ਜਿਹੜਾ 1952 ਤੋਂ 1956 ਤੱਕ ਚੱਲਿਆ। ਇਸ ਅੰਦੋਲਨ ਦੇ ਦੌਰਾਨ 3 ਵਿਦਿਆਰਥੀ ਢਾਕਾ ਯੂਨੀਵਰਸਿਟੀ ਦੇ ਸ਼ਹੀਦ ਹੋਏ, ਇੱਕ ਰਿਕਸ਼ਾ ਚਾਲਕ ਸ਼ਹੀਦ ਹੋਇਆ, ਤੇ ਉਹਨਾਂ ਦੀ ਅਤੇ ਆਖਰ ਪਾਕਿਸਤਾਨ ਨੂੰ ਮੰਨਣਾ ਪਿਆ। ਮੈਂ ਮਾਫੀ ਚਾਹੁੰਦਾ ਕਿ ਸਮਾਂ ਘੱਟ ਹੈ, ਪਰ ਪੰਜਾਬੀ ਮਾਂ ਬੋਲੀ ਦੇ ਲਈ ਅਸੀਂ ਨਾਲ ਖੜੇ ਹਾਂ, ਇੰਡੀਆ ਨਿਊਜ਼ ਪੰਜਾਬ ਨਾਲ ਖੜਾ, ਤੇ 21 ਤਰੀਕ ਨੂੰ ਤੁਸੀਂ ਕੋਸ਼ਿਸ਼ ਕਰੋ, ਅਸੀਂ ਤੁਹਾਡੇ ਨਾਲ ਹੈ, ਤੇ ਸਾਰਿਆਂ ਨੂੰ ਅਪੀਲ ਇਹੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਆਪਣੀ ਪੰਜਾਬ ਮਾਂ ਬੋਲੀ ਨੂੰ ਅੱਗੇ ਲਿਜਾਈਏ। ਤੁਸੀਂ ਸਾਰਿਆਂ ਨੂੰ ਸੱਦਾ ਆਇਆ ਜੀ ਕਿ ਜਲੰਧਰ ਦੇ ਵਿੱਚ ਆਓ, ਜਲੰਧਰ ਦੇ ਵਿੱਚ ਪੰਜਾਬੀ ਜਾਗ੍ਰਿਤੀ ਮਾਰਚ ਕੱਢਿਆ ਜਾ ਰਿਹਾ ਜੀ 10:30। ਸੋ ਅਸੀਂ ਲਾਲਪੁਰ ਖਾਲਸਾ ਸਕੂਲ ਸ਼ੁਰੂ ਕਰਨਾ, ਇਹ ਪੰਜਾਬ ਨੂੰ ਮਜ਼ਬੂਤ ਕਰਨ ਲਈ, ਇਕੱਠੇ ਕਰਨ ਲਈ, ਬਿਲਕੁਲ ਜੋੜਨ ਦਾ ਇੱਕ ਉਪਰਾਲਾ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੋੜਨ ਦੇ ਲਈ, ਇਜਾਜ਼ਤ ਦਿਓ, ਧੰਨਵਾਦ।